ਜਾਪਾਨ ਵਿੱਚ ਮੈਂ ਕੁਝ ਕਿਸਾਨ ਘਰਾਣਿਆਂ ਨੂੰ ਬਹੁਤ ਨਜ਼ਦੀਕ ਤੋਂ ਵੇਖਿਆ। ਇਹਨਾਂ ਦੇ ਫਾਰਮ ਛੋਟੇ ਛੋਟੇ 1-1 ਹੈਕਟੇਅਰ ਦੇ ਸਨ। ਇਹ ਸਾਰਾ ਦਿਨ ਸਿਰਫ ਇਹਨਾਂ ਖੇਤਾਂ 'ਚ ਹੀ ਕੰਮ ਨਹੀਂ ਸੀ ਕਰਦੇ, ਕੰਮ ਤਾਂ ਬਾਹਰ ਫੈਕਟਰੀਆਂ ਅਤੇ ਵਪਾਰਕ ਅਦਾਰਿਆਂ 'ਚ ਕਰਦੇ ਸਨ। ਸ਼ਾਮ ਵੇਲੇ ਕੰਮ ਤੋਂ ਵਾਪਸ ਆ ਕੇ ਜਾਂ ਛੁੱਟੀ ਵਾਲੇ ਦਿਨ ਖੇਤਾਂ 'ਚ ਕੰਮ ਕਰਦੇ ਸਨ। 2 ਹੈਕਟੇਅਰ ਜਾਂ 5 ਏਕੜ ਦੇ ਫਾਰਮ ਨੂੰ ਇਹ ਵੱਡਾ ਫਾਰਮ ਆਖਦੇ ਸਨ। 80% ਤੋਂ ਵੀ ਵੱਧ ਕਿਸਾਨ ਇਹੋ ਜਿਹੇ ਸਨ ਜੋ ਖੇਤੀ ਦਾ ਵਾਧੂ ਸਮੇਂ ਵਿੱਚ ਕੰਮ ਕਰਦੇ ਸਨ ਅਤੇ ਉਸ ਵਕਤ ਕਿਸਾਨ ਘਰਾਣਿਆਂ ਦੀ ਸਮੁੱਚੀ ਆਮਦਨ ਦਾ 85% ਹਿੱਸਾ ਖੇਤੀ ਤੋਂ ਬਾਹਰੋਂ ਆਉਂਦਾ ਸੀ। ਇਸ ਤਰ੍ਹਾਂ ਇਹ ਕਹਿਣਾ ਕਿ ਜਾਪਾਨੀ ਖੇਤੀ ਛੋਟੇ ਛੋਟੇ ਫਾਰਮਾਂ ਦੀ ਹੈ ਠੀਕ ਨਹੀਂ। ਇਹ ਤਾਂ ਸਾਰੀ ਖੇਤੀ ਫਾਲਤੂ ਵਕਤ ਵਿੱਚ ਪਾਰਟ ਟਾਈਮ ਧੰਦੇ ਵਾਂਗ ਹੀ ਕੀਤੀ ਜਾਂਦੀ ਹੈ ਅਤੇ ਕਿਸਾਨ ਘਰਾਣੇ ਬਾਹਰਲੀ ਆਮਦਨੀ ਦੇ ਸਿਰ 'ਤੇ ਆਪਣੀ ਜ਼ਿੰਦਗੀ ਦਾ ਨਿਭਾਅ ਕਰਦੇ ਹਨ। ਇਸੇ ਤਰ੍ਹਾਂ ਦੇ ਸਿਸਟਮ ਦਾ ਸੁਪਨਾ ਮੈਂ ਪੰਜਾਬ ਦੀ ਖੇਤੀ ਦਾ ਲੈਂਦਾ। ਆਪਣੀ ਡਾਈਵਰਸੀਫਿਕੇਸ਼ਨ ਦੀ ਰਿਪੋਰਟ 'ਚ ਮੈਂ ਜੋ ਨਕਸ਼ਾ ਚਿੱਤਰਿਆ ਉਸ ਵਿੱਚ ਵੀ ਮੈਂ ਇਹ ਕਿਹਾ ਹੈ ਕਿ ਪੰਜਾਬ ਵਿੱਚ ਸਨਅਤਾਂ ਅਤੇ ਫੈਕਟਰੀਆਂ ਆਦਿ ਨੂੰ ਇਸ ਤਰ੍ਹਾਂ ਵਿਕਸਿਤ ਕਰਨ ਦੀ ਲੋੜ ਹੈ ਕਿ ਲੋਕ ਪਿੰਡਾਂ ਵਿੱਚੋਂ 5-10 ਕਿਲੋਮੀਟਰ 'ਤੇ ਸਾਈਕਲਾਂ, ਸਕੂਟਰਾਂ, ਬੱਸਾਂ ਅਤੇ ਰੋਜ਼ਾਨਾ ਜਾ ਕੇ ਕੰਮ ਕਰਨ ਅਤੇ ਆਪਣੇ ਛੋਟੇ ਛੋਟੇ ਫਾਰਮਾਂ ਉੱਤੇ ਹੀ ਰਹਿਣ। ਘਰ ਦੀਆਂ ਔਰਤਾਂ, ਬੱਚੇ, ਬੁੱਢੇ ਅਤੇ ਨੌਜਵਾਨ ਆਪਣੇ ਵਿਹਲੇ ਵਕਤ 'ਚ ਫਾਰਮਾਂ 'ਤੇ ਕੰਮ ਕਰਨ ਅਤੇ ਆਮਦਨ ਦਾ ਵੱਡਾ ਹਿੱਸਾ ਇਹਨਾਂ ਘਰਾਣਿਆਂ ਦਾ ਖੇਤੀ ਤੋਂ ਬਾਹਰੋਂ ਆਵੇ। ਇਸ ਤਰ੍ਹਾਂ ਬਾਹਰ ਤੋਂ ਅੱਛੇ ਵਿਚਾਰ ਅਤੇ ਸਰਮਾਇਆ ਇਹਨਾਂ ਫਾਰਮਾਂ ਤੋਂ ਅਤੇ ਖੇਤੀ ਸੈਕਟਰ ਵੱਲ ਆਏਗਾ ਅਤੇ ਜਿਸ ਨਾਲ ਖੇਤੀ ਆਧੁਨਿਕ ਅਤੇ ਉੱਨਤ ਹੋ ਜਾਏਗੀ। ਕੋਈ ਵੀ ਕਿਸਾਨ ਘਰਾਣਾ ਗਰੀਬ ਨਹੀਂ ਰਹੇਗਾ। ਇਸ ਪੱਖ ਤੋਂ ਸਾਨੂੰ ਜਾਪਾਨੀ ਸਿਸਟਮ ਤੋਂ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ। ਉਹਨਾਂ ਦੀ ਥੋੜ੍ਹੀ ਜ਼ਮੀਨ ਦੀ ਧਿਆਨ ਨਾਲ ਕੀਤੀ ਦੇਖਭਾਲ, ਛੋਟੇ ਛੋਟੇ ਪਰ ਉੱਨਤ ਕਿਸਮ ਦੇ ਹੱਥ ਨਾਲ ਕੰਮ ਕਰਨ ਵਾਲੇ ਸੰਦ ਅਤੇ ਵਸੀਲੇ, ਇਹ ਢੰਗ ਤਰੀਕੇ ਤਾਂ ਹੀ ਸਫਲਤਾ ਨਾਲ ਅਪਣਾਏ ਜਾ ਸਕਦੇ ਹਨ ਜੇ ਕਿਸਾਨ ਆਪਣੇ ਤੰਗ ਦਾਇਰੇ ਦੇ ਮਾਹੌਲ ਤੋਂ ਬਾਹਰ ਨਿਕਲ ਕੇ ਬਾਕੀ ਦੀ ਉੱਨਤੀ ਕਰਦੀ ਦੁਨੀਆ ਅਤੇ ਸਮਾਜ ਵਿੱਚ ਵਿਚਰੇ ਅਤੇ ਉਸ ਪਾਸ ਨਵੀਨ ਖੇਤੀ ਵਾਸਤੇ ਪੈਸੇ ਦੇ ਸਾਧਨ ਹੋਣ। ਇਹ ਸਭ ਕੁਝ ਜਾਪਾਨੀ ਆਰਥਿਕ ਢਾਂਚਾ ਮੁਹੱਈਆ ਕਰਦਾ ਜੋ ਆਸਾਨੀ ਨਾਲ ਹੀ ਪੰਜਾਬ 'ਚ ਲਾਗੂ ਕੀਤਾ ਜਾ ਸਕਦਾ। ਵੈਸੇ ਪੰਜਾਬੀ ਕਿਸਾਨ ਵੀ ਓਨਾ ਹੀ ਮਿਹਨਤੀ ਅਤੇ ਪ੍ਰਗਤੀਵਾਦ ਹੈ ਜਿੰਨਾ ਕਿ ਜਾਪਾਨੀ ਕਿਸਾਨ। ਜਾਪਾਨ ਵਿੱਚ ਮੈਂ ਇੱਕ ਪੇਇੰਗ ਗੈਸਟ ਦੇ ਤੌਰ 'ਤੇ ਕਿਓਟੋ ਵਿੱਚ ਠਹਿਰਿਆ, ਜਿਸ ਦੀ ਮਾਲਕ ਅਤੇ ਕਰਤਾ ਧਰਤਾ ਇੱਕ 50 ਸਾਲ ਦੀ ਔਰਤ ਸੀ। ਕਾਫੀ ਸਸਤਾ ਸੀ ਇਹ ਸਿਸਟਮ। ਖਾਣਾ ਪੀਣਾ ਵੀ ਪੱਛਮੀ ਢੰਗ ਦਾ ਸੀ ਕਿਉਂਕਿ ਬਹੁਤ ਸਾਰੇ ਮਹਿਮਾਨ ਬਾਹਰੋਂ ਪੱਛਮੀ ਦੇਸ਼ਾਂ ਤੋਂ ਹੀ ਆਉਂਦੇ ਸਨ। ਸਿਰਫ 3 ਕਮਰੇ ਸਨ ਜਿਸ ਨਾਲ ਇਹ ਔਰਤ ਆਪਣੀ ਜ਼ਿੰਦਗੀ ਦਾ ਨਿਰਬਾਹ ਕਰਦੀ ਸੀ। ਭਾਵੇਂ ਕਿ ਮੈਂ ਪੈਸੇ ਦੇ ਕੇ ਠਹਿਰਿਆ ਸਾਂ, ਪਰ ਉਹਦਾ ਵਤੀਰਾ ਇਹੋ ਜਿਹਾ ਸੀ ਕਿ ਜਿਵੇਂ ਕੋਈ ਆਪਣੇ ਹੀ ਘਰ ਦਾ ਬਹੁਤ ਪਤਵੰਤਾ ਮਹਿਮਾਨ ਆ ਕੇ ਠਹਿਰਿਆ ਹੋਵੇ। ਮੇਰਾ ਦੁਪਹਿਰ ਅਤੇ ਸ਼ਾਮ ਦਾ ਖਾਣਾ ਤਾਂ ਆਮ ਤੌਰ 'ਤੇ ਬਾਹਰ ਹੀ ਰਿਹਾ। ਸਵੇਰ ਦੀ ਚਾਹ ਅਤੇ ਨਾਸ਼ਤਾ ਹੀ ਇੰਨੇ ਪ੍ਰੇਮ ਨਾਲ ਦਿੱਤਾ ਜਾਂਦਾ ਸੀ ਕਿ ਦੁਪਹਿਰ ਦਾ ਖਾਣਾ ਖਾਣ ਦੀ ਲੋੜ ਨਹੀਂ ਸੀ ਰਹਿੰਦੀ। ਕੁਝ ਹੀ ਦਿਨ ਠਹਿਰਨ ਨਾਲ ਆਪੋ ਵਿੱਚ ਹੀ ਇੰਨਾ ਸਤਿਕਾਰ ਹੋ ਗਿਆ ਕਿ ਮੈਂ ਤਾਂ ਪੈਸੇ ਵੱਧ ਦੇਣ ਦੀ ਕੋਸ਼ਿਸ਼ ਕਰਾਂ, ਪਰ ਉਹ ਮਾਤਾ ਪੈਸਿਆਂ ਦੀ ਛੋਟ ਕਰੀ ਜਾਵੇ। ਕਹੇ ਕਿ ਤੂੰ ਹਾਲੇ ਘਰ ਪੜਨ ਤੋਂ ਪਹਿਲੇ ਕਈ ਥਾਈਂ ਜਾਣਾ, ਤੈਨੂੰ ਪੈਸੇ ਦੀ ਲੋੜ ਹੈ। ਇਨਸਾਨੀ ਭਾਵਨਾਵਾਂ ਵੀ ਕਿੰਨੀਆਂ ਪ੍ਰਬਲ ਹੁੰਦੀਆਂ ਨੇ। ਮੈਂ ਤਾਂ ਉਹਨੂੰ ਮਾਂ ਵਰਗੀ ਸਮਝ ਕੇ ਆਪਣੇ ਵੱਲੋਂ ਕੁਝ ਪੈਸੇ ਫਾਲਤੂ ਦੇਣੇ ਚਾਹਾਂ ਅਤੇ ਉਹ ਪੁੱਤਰਾਂ ਵਰਗਾ ਸਮਝ ਕੇ ਮੇਰੇ ਰਹਿੰਦੇ ਸਫ਼ਰ ਦੇ ਖਰਚਿਆਂ ਬਾਰੇ ਸੋਚੇ। ਇਸ ਪਿਆਰ ਅਤੇ ਸਤਿਕਾਰ ਦੇ ਰਿਸ਼ਤੇ 'ਚ ਮਜ਼ਹਬ, ਜਾਤ, ਰੰਗ, ਨਸਲ ਅਤੇ ਦੇਸ਼ ਆਦਿ ਕੋਈ ਮਾਇਨੇ ਨਹੀਂ ਰੱਖਦੇ। ਅਗਰ ਕੋਈ ਚੀਜ਼ ਮਾਇਨੇ ਰੱਖਦੀ ਹੈ ਤਾਂ ਸਿਰਫ ਪਵਿੱਤਰ ਇਨਸਾਨੀ ਭਾਵਨਾਵਾਂ। ਪਰ ਇਹਨਾਂ ਭਾਵਨਾਵਾਂ ਦਾ ਰਸਤਾ ਉਹੀ ਮਾਣ ਸਕਦਾ ਜਿਹਦੇ ਹਿਰਦੇ ਵਿੱਚ ਇਨਸਾਨੀਅਤ ਦਾ ਜਾਗ ਲੱਗਾ ਹੋਵੇ। ਜਾਪਾਨ ਦੀ ਮਹਿਮਾਨ ਨਵਾਜ਼ੀ ਰਸਮੀ ਤੌਰ 'ਤੇ ਉਂਝ ਕਾਫੀ ਔਖੀਆਂ ਕਰਦੀ ਹੈ। ਮੈਂ 2 ਰਾਤ ਦੇ ਖਾਣੇ ਕਿਓਟੋ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਦੇ ਘਰ ਖਾਧੇ। ਅੰਦਰ ਵੜਦੇ ਹੀ ਪਹਿਲੀ ਵਾਰ ਹਰ ਆਦਮੀ ਦੀ ਔਰਤ ਨੇ 3-3 ਵਾਰ ਝੁੱਕ ਕੇ ਛਾਤੀ 'ਤੇ ਹੱਥ ਰੱਖ ਕੇ ਨਮਸਕਾਰ ਕੀਤੀ। ਆਸ ਰੱਖੀ ਜਾਂਦੀ ਹੈ ਕਿ ਮਹਿਮਾਨ ਵੀ ਇਸੇ ਤਰ੍ਹਾਂ ਨਮਸਕਾਰ ਦਾ ਜਵਾਬ ਦੇਵੇ। ਉਸ ਦਿਨ ਤਾਂ ਕਾਫੀ ਕਸਰਤ ਹੋਈ ਕਿਉਂਕਿ ਤਕਰੀਬਨ 20 ਬੰਦੇ ਖਾਣੇ 'ਤੇ ਸੱਦੇ ਹੋਏ ਸਨ। ਮੈਂ ਖਾਣਾ ਖਾਂਦੇ ਨੇ ਗੱਲ ਛੇੜੀ ਕਿ ਅਸੀਂ ਕਿਸ ਤਰ੍ਹਾਂ ਨਮਸਕਾਰ ਕਰਦੇ ਹਾਂ। 1 ਵਾਰ ਹੱਥ ਜੋੜ ਕੇ ਸਾਰਿਆਂ ਨੂੰ ਜੀ ਆਇਆਂ ਕਹਿ ਦਿੰਦੇ ਹਾਂ। ਵੱਧ ਤੋਂ ਵੱਧ ਹਰ ਪੁਰਸ਼ ਨਾਲ ਹੱਥ ਮਿਲਾ ਲੈਂਦੇ ਹਾਂ, ਪਰ ਦੂਜੇ ਦਿਨ ਮੈਂ ਖਾਣੇ 'ਤੇ ਗਿਆ ਤਾਂ ਸਾਰਿਆਂ ਨੇ ਹੱਥ ਜੋੜ ਕੇ ਨਮਸਕਾਰ ਕੀਤਾ। ਇਸ ਤਰ੍ਹਾਂ ਸ਼ੁਗਲ ਦਾ ਸ਼ੁਗਲ ਇਹਨਾਂ ਮੇਰੀ ਮੁਸ਼ਕਲ ਵੀ ਦੂਰ ਕਰ ਦਿੱਤੀ। ਕਈ ਦਫ਼ਾ ਕਾਫੀ ਰੌਚਕ ਹੁੰਦੇ ਨੇ ਵੱਖ ਵੱਖ ਮੁਲਕਾਂ ਦੇ ਸਮਾਜਾਂ ਦੇ ਰਸਮ ਰਿਵਾਜ਼ ਅਤੇ ਮਿਲਣ ਗਿਲਣ ਦੇ ਤੌਰ ਤਰੀਕੇ। ਹੱਥ ਮਿਲਾਉਣਾ ਹੁਣ ਆਮ ਰਿਵਾਜ਼ ਜਿਹਾ ਹੋ ਗਿਆ। ਹੁਣ ਤਾਂ ਔਰਤਾਂ ਵੀ ਹੱਥ ਮਿਲਾਉਣ ਲੱਗ ਪਈਆਂ ਹਨ। ਮੇਰੇ ਵਿਚਾਰ 'ਚ ਇੱਕ ਕਾਫੀ ਨਾਕਸ਼ ਤਰੀਕਾ ਹੈ ਨਮਸਕਾਰ ਜਾਂ ਸਵਾਗਤ ਕਰਨ ਦਾ। ਹੱਥ ਮਿਲਾਇਆ ਕਈ ਬਿਮਾਰੀਆਂ ਦਾ ਵੀ ਨਾਲ ਹੀ
ਨਾਲ ਆਦਾਨ ਪ੍ਰਦਾਨ ਹੋ ਜਾਂਦਾ ਹੈ। ਖਾਸ ਕਰਕੇ ਉਸ ਹਾਲਤ ਵਿੱਚ ਹੱਥ ਮਿਲਾਉਣਾ ਖਤਰਨਾਕ ਹੁੰਦਾ ਜਦ ਕਿਸੇ ਨੂੰ ਨਜ਼ਲਾ, ਜ਼ੁਕਾਮ ਜਾਂ ਅੱਖਾਂ ਦੀ ਕੋਈ ਬਿਮਾਰੀ ਲੱਗੀ ਹੋਵੇ। ਇਹ ਬਿਮਾਰੀਆਂ ਬੜੀ ਤੇਜ਼ੀ ਨਾਲ ਫੈਲਦੀਆਂ ਨੇ ਹੱਥ ਮਿਲਾਉਣ ਨਾਲ। ਆਮ ਤੌਰ 'ਤੇ ਸਵਾਗਤੀਆ ਹੱਥ ਮਿਲਾਉਣ ਤੋਂ ਬਾਅਦ ਜੇ ਕਿਸੇ ਪਾਰਟੀ 'ਤੇ ਕੁਝ ਖਾਣਾ ਹੋਵੇ ਤਾਂ ਕਾਫੀ ਬਿਮਾਰੀ ਫੜ ਲੈਣ ਦੇ ਇਮਕਾਨ ਹੁੰਦੇ ਹਨ। ਜੇ ਕੋਈ ਮੁੱਖ ਮਹਿਮਾਨ ਹੋਵੇ ਤਾਂ ਉਸ ਵਿਚਾਰੇ ਦੀ ਤਾਂ ਬਹੁਤ ਹੀ ਬੁਰੀ ਹਾਲਤ ਹੁੰਦੀ ਹੈ। ਸਾਰਿਆਂ ਨਾਲ ਹੱਥ ਮਿਲਾ ਕੇ ਹਰੇਕ ਦੇ ਹੱਥਾਂ ਦੀ ਮੈਲ ਅਤੇ ਮੁਮਕਿਨ ਬਿਮਾਰੀ ਆਪਣੇ ਹੱਥਾਂ ਵਿੱਚ ਲੈ ਕੇ ਜੇ ਕਿਤੇ ਹੱਥ ਨਾ ਧੋਤੇ ਜਾਣ ਤਾਂ ਖਾਣੇ ਨਾਲ ਪੂਰੀ ਤਰ੍ਹਾਂ ਬਿਮਾਰੀਆਂ ਸਮੇਟੀਆਂ ਜਾਂਦੀਆਂ ਹਨ। ਪਰ ਅੱਜ ਕੱਲ੍ਹ ਇਸ ਗੱਲ ਨੂੰ ਮੰਨਦਾ ਕੌਣ ਹੈ ਕਿ ਹੱਥ ਨਾ ਮਿਲਾਇਆ ਜਾਏ ਅਤੇ ਆਪਣੀ ਪਰੰਪਰਾਗਤ ਹੱਥ ਜੋੜ ਕੇ ਨਮਸਕਾਰ ਜਾਂ ਸਤਿ ਸ਼੍ਰੀ ਅਕਾਲ ਕਹੀ ਜਾਏ। ਮੈਨੂੰ ਇੱਕ ਵਾਰ ਅੱਖਾਂ ਦੀ ਬਿਮਾਰੀ ਲੱਗ ਗਈ, ਮੈਨੂੰ ਇੱਕ ਇਕੱਠ 'ਚ ਜਾਣਾ ਪਿਆ। ਮੈਂ ਫੈਸਲਾ ਕੀਤਾ ਕਿ ਕਿਸੇ ਨਾਲ ਹੱਥ ਨਾ ਮਿਲਾਇਆ ਜਾਏ ਤਾਂ ਜੋ ਮੇਰੀ ਬਿਮਾਰੀ ਕਿਸੇ ਹੋਰ ਨੂੰ ਨਾ ਲੱਗ ਜਾਏ। ਪਰ ਹਰ ਕੋਈ ਦੂਰੋਂ ਹੱਥ ਕੱਢ ਕੇ ਆਏ। ਮੈਂ ਬਥੇਰੇ ਤਰਲੇ ਕੀਤੇ ਕਿ ਮੈਂ ਬਿਮਾਰ ਹਾਂ, ਮੇਰੀ ਬਿਮਾਰੀ ਤੁਹਾਨੂੰ ਲੱਗ ਜਾਏਗੀ, ਪਰ ਆਮ ਕਰਕੇ ਮੇਰੀ ਕਿਸੇ ਨੇ ਨਾ ਸੁਣੀ। ਇੱਕ ਮੇਰਾ ਹੀ ਅਜੀਜ਼ ਮੇਰੇ ਹੱਥ ਨਾ ਮਿਲਾਉਣ 'ਤੇ ਮੇਰੇ ਨਾਲ 6 ਮਹੀਨੇ ਨਾਰਾਜ਼ ਰਿਹਾ। ਮੇਰਾ ਖਿਆਲ ਹੈ ਕਿ ਦੇਸੀ ਕੁੱਕੜ ਵਲੈਤੀ ਵਾਂਗਾਂ ਵਾਲੀ ਗੱਲ ਅਤੇ ਰਿਵਾਜ਼ ਛੱਡ ਕੇ ਸਾਨੂੰ ਹੱਥ ਜੋੜ ਕੇ ਨਮਸਕਾਰ ਕਰਨਾ ਚਾਹੀਦਾ ਹੈ। ਸਾਡੀਆਂ ਪਰੰਪਰਾਗਤ ਰੀਤਾਂ ਰਿਵਾਜ਼ਾਂ ਵਿੱਚੋਂ ਇਹ ਪੱਛਮੀ ਮਿਲਾਵਟ ਖਤਮ ਕਰ ਦੇਣ ਵਿੱਚ ਕਾਫੀ ਲਾਭ ਹੈ। ਜਪਾਨ ਦਾ ਸਫ਼ਰ ਪੂਰਾ ਕਰਕੇ ਮੈਂ ਓਸਾਕਾ ਤੋਂ ਜਦ ਹਾਂਗਕਾਂਗ ਨੂੰ ਚੱਲਣ ਲੱਗਾ ਤਾਂ ਮੇਰੇ ਵਾਲੇ ਜਹਾਜ਼ ਦੀ ਉਡਾਨ ਕਿਸੇ ਸੈਰ ਸਪਾਟੇ ਵਾਲੇ ਗਰੁੱਪ ਲਈ ਚਾਰਟਰ ਹੋ ਗਈ। ਨਤੀਜੇ ਵਜੋਂ ਮੈਨੂੰ ਚਾਈਨੀਜ਼ ਏਅਰਲਾਈਨਸ ਦੇ ਜਹਾਜ਼ 'ਤੇ ਬਿਠਾ ਦਿੱਤਾ। ਮੈਨੂੰ ਪਤਾ ਨਹੀਂ ਸੀ ਕਿ ਇਹ ਜਹਾਜ਼ ਕਿੱਥੇ ਜਾ ਰਿਹਾ ਹੈ। ਉਸ ਵਕਤ ਭਾਰਤ ਚੀਨ ਦੇ ਸੰਬੰਧ ਕਾਫੀ ਵਿਗੜੇ ਹੋਏ ਸਨ। ਮੈਨੂੰ ਡਰ ਲੱਗਾ ਕਿ ਸ਼ਾਇਦ ਇਹ ਜਹਾਜ਼ ਬੀਜਿੰਗ ਜਾ ਰਿਹਾ, ਪਰ ਇਹ ਤਾਇਵਾਨ ਦਾ ਜਹਾਜ਼ ਮੈਨੂੰ ਤਾਇਵਾਨ ਦੀ ਰਾਜਧਾਨੀ ਤੈਪੇਈ ਲੈ ਗਿਆ। ਜਾਂਦੇ ਹੀ ਮੇਰਾ ਪਾਸਪੋਰਟ ਲੈ ਲਿਆ ਗਿਆ ਅਤੇ ਮੈਨੂੰ ਏਅਰਪੋਰਟ ਵਿੱਚ ਫਿਰਨ ਤੁਰਨ ਦੀ ਇਜਾਜ਼ਤ ਦਿੱਤੀ ਗਈ। ਇੱਥੇ ਮੈਂ ਵੇਖਿਆ ਕਿ ਪਲਾਸਟਿਕ ਦੀਆਂ 2 ਤਹਿਆਂ ਵਿੱਚ ਇਹ ਲੋਕ ਵੱਖ ਵੱਖ ਕਿਸਮ ਦੀਆਂ ਤਿੱਤਲੀਆਂ ਪੇਸ਼ ਕਰਕੇ ਅਤੇ ਸੁਕਾ ਕੇ ਦਿੰਦੇ ਹਨ ਅਤੇ ਇਸ ਤਰ੍ਹਾਂ ਬਹੁਤ ਹੀ ਸੁੰਦਰ ਟੇਬਲ ਪੋਸ਼ ਆਦਿ ਬਣਾਉਂਦੇ ਨੇ। ਹਰ ਕਿਸਮ ਦੀ ਤਿੱਤਲੀ ਦਾ ਟੈਕਨੀਕਲ ਨਾਂ ਉਹਨਾਂ ਨੇ ਹੇਠਾਂ ਲਿਖਿਆ ਹੁੰਦਾ ਹੈ। ਇੱਥੇ ਬਾਕਾਇਦਾ ਤਿੱਤਲੀਆਂ ਪਾਲੀਆਂ ਜਾਂਦੀਆਂ ਹਨ ਜਾਲੀਆਂ ਅਤੇ ਫੁੱਲਾਂ ਵਿੱਚ। ਇਹ ਬੜਾ ਪ੍ਰਫੁੱਲਤ ਧੰਦਾ ਹੈ ਇੱਥੋਂ ਦੇ ਲੋਕਾਂ ਦਾ ਅਤੇ ਵਸਤੂਆਂ ਬਾਹਰੋਂ ਆਏ ਲੋਕਾਂ ਨੂੰ ਕਾਫੀ ਮਹਿੰਗੀਆਂ ਵੇਚਦੇ ਨੇ। ਇਸ ਤਰ੍ਹਾਂ ਦਾ ਬਣਿਆ ਟੇਬਲ ਪੋਸ਼ ਹਾਲਾਂ ਤੱਕ ਵੀ ਮੇਰੇ ਪਾਸ ਹੈ। ਇਸ ਦੀਆਂ ਤਿੱਤਲੀਆਂ ਦਾ ਰੰਗ ਅਤੇ ਸ਼ਕਲਾਂ ਉਸੇ ਤਰ੍ਹਾਂ ਕਾਇਮ ਹਨ। ਤਿੱਤਲੀ ਬਣਨ ਤੋਂ ਪਹਿਲਾਂ ਸੁੰਡੀਆਂ ਕਾਫੀ ਨੁਕਸਾਨ ਕਰਦੀਆਂ ਹਨ। ਜਦ ਸੁੰਡੀਆਂ ਰੱਜ ਕੇ ਖਾ ਕੇ ਪੂਰੀਆਂ ਪਲ ਜਾਂਦੀਆਂ ਹਨ ਤਾਂ ਇੱਕ ਥਾਂ ਜੰਮ ਜਾਂਦੀਆਂ ਹਨ ਅਤੇ ਥੋੜ੍ਹੀ ਦੇਰ ਬਾਅਦ ਪਰਾਂ ਵਾਲੀ ਤਿੱਤਲੀ ਉੱਥੋਂ ਉੱਡ ਜਾਂਦੀ ਹੈ। ਇਸ ਤਰ੍ਹਾਂ ਫਸਲਾਂ ਲਈ ਤਾਂ ਇਹ ਹਾਨੀਕਾਰਕ ਕੀੜੇ ਹੀ ਹੁੰਦੇ ਹਨ, ਪਰ ਇਹਨਾਂ ਲੋਕਾਂ ਨੇ ਇਸ ਨੂੰ ਵੀ ਇੱਕ ਧੰਦਾ ਬਣਾ ਲਿਆ। ਮੇਰਾ ਯਕੀਨ ਹੈ ਕਿ ਇਨਸਾਨ ਆਪਣੀ ਸੂਝ ਵਰਤ ਕੇ ਕਿਸੇ ਵੀ ਸਥਿਤੀ ਵਿੱਚ ਹਾਨੀਕਾਰਕ ਚੀਜ਼ਾਂ 'ਚੋਂ ਲਾਭਦਾਇਕ ਵਸਤੂਆਂ ਤਿਆਰ ਕਰ ਸਕਦਾ ਹੈ। ਲੋੜ ਤਾਂ ਜ਼ਰਾ ਇਰਦੇ ਗਿਰਦੇ ਵੱਲ ਨਜ਼ਰ ਮਾਰਨ ਦੀ ਹੈ ਅਤੇ ਗੰਭੀਰਤਾ ਨਾਲ ਸੋਚਣ ਦੀ ਹੈ। ਜਦ ਮੈਂ ਪੰਜਾਬ ਦੀ ਖੇਤੀ ਦੀ ਡਾਇਵਰਸੀਫਿਕੇਸ਼ਨ ਦੀ ਗੱਲ ਕਰਦਾ ਤਾਂ ਇਸ ਤਰ੍ਹਾਂ ਦੇ ਹੋਰ ਧੰਦਿਆਂ ਨੂੰ ਅਪਣਾਉਣ ਦੀ ਗੱਲ ਕਰਦਾ। ਫੁੱਲਾਂ ਦਾ ਉਗਾਉਣਾ ਅਤੇ ਫੁੱਲਾਂ ਦੇ ਬੀਜ ਪੈਦਾ ਕਰਨਾ ਇੱਕ ਕਾਫੀ ਲਾਭਦਾਇਕ ਧੰਦਾ ਸਾਬਤ ਹੋ ਸਕਦਾ ਹੈ। ਇਸ ਦੇ ਨਾਲ ਹੀ ਇਸ ਤਰ੍ਹਾਂ ਦੀਆਂ ਵੱਖ ਵੱਖ ਕਿਸਮ ਦੀਆਂ ਤਿੱਤਲੀਆਂ ਵੀ ਜਾਲੀਆਂ 'ਚ ਪੈਦਾ ਕੀਤੀਆਂ ਜਾ ਸਕਦੀਆਂ ਹਨ। ਤੈਪੇਈ ਤੋਂ ਹਾਂਗਕਾਂਗ ਰਾਹੀਂ ਮੈਂ ਫਿਲੀਪੀਨ ਪਹੁੰਚਿਆ ਤਾਂ ਲਾਸ ਬਾਨਿਓ ਸ਼ਹਿਰ ਪਾਸ ਅੰਤਰਰਾਸ਼ਟਰੀ ਚੌਲਾਂ ਦਾ ਖੋਜ ਕੇਂਦਰ ਵੇਖਿਆ। ਇੱਥੇ ਬਹੁਤ ਸਾਰੇ ਹਿੰਦੁਸਤਾਨੀ ਅਤੇ ਪਾਕਿਸਤਾਨੀ ਵਿਗਿਆਨੀ ਵੀ ਕੰਮ ਕਰਦੇ ਸਨ। ਇਸ ਕੇਂਦਰ ਦਾ ਇੱਕ ਮੀਤ ਨਿਰਦੇਸ਼ਕ ਭਾਰਤੀ ਸੀ। ਇਹ ਨਿਰਦੇਸ਼ਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਹੀ ਗਿਆ ਹੋਇਆ ਸੀ। ਉੱਥੇ ਜਾ ਕੇ ਵੀ ਉਹਨੇ ਆਪਣੀ ਪ੍ਰਸ਼ਾਸਨਿਕ ਜ਼ਿੰਮੇਵਾਰੀ ਦੇ ਨਾਲ ਨਾਲ ਖੋਜ ਦਾ ਕੰਮ ਕਰਨ ਦੀ ਕੋਸ਼ਿਸ਼ ਕੀਤੀ, ਪਰ ਨਾ ਹੀ ਕਿਸੇ ਨੇ ਇੰਝ ਕਰਨ ਦੀ ਇਜਾਜ਼ਤ ਦਿੱਤੀ ਅਤੇ ਨਾ ਹੀ ਕਿਸੇ ਜੂਨੀਅਰ ਵਿਗਿਆਨੀ ਨੇ ਕਬੂਲ ਕੀਤਾ। ਥੋੜ੍ਹੀ ਕੋਸ਼ਿਸ਼ ਤੋਂ ਬਾਅਦ ਇਹ ਵਿਗਿਆਨੀ ਆਰਾਮ ਨਾਲ ਆਪਣਾ ਪ੍ਰਸ਼ਾਸਨਿਕ ਕੰਮ ਹੀ ਕਰਨ ਲੱਗ ਪਿਆ ਅਤੇ ਖੋਜ ਕਰਨ ਦਾ ਖਿਆਲ ਛੱਡ ਦਿੱਤਾ। ਪੰਜਾਬ ਵਿੱਚ ਤਾਂ ਵਿਭਾਗ ਦੇ ਮੁਖੀ ਦੇ ਨਾਤੇ ਹਰ ਕਿਸੇ ਦੀ ਖੋਜ ਵਿੱਚ ਲੱਤ ਅੜਾਈ ਜਾਂਦੀ ਹੈ ਅਤੇ ਕੋਈ ਖੋਜ ਪਰਚਾ ਮੁਖੀ ਦੇ ਨਾਮ ਬਿਨਾਂ ਵਿਭਾਗ 'ਚੋਂ ਛਪਣਾ ਮੁਮਕਿਨ ਹੀ ਨਹੀਂ ਸੀ। ਇੱਥੇ ਆ ਕੇ ਸਿਰਫ ਪ੍ਰਸ਼ਾਸਨੀ ਦੇਖਭਾਲ ਇਸ ਵਿਗਿਆਨੀ ਦੀ ਡਿਊਟੀ ਸੀ, ਸੋ ਥੋੜ੍ਹੀਆਂ ਜਿਹੀਆਂ ਛੜਾਂ ਮਾਰਨ ਤੋਂ ਬਾਅਦ ਆਪਣੀ ਥਾਂ ਪਹਿਚਾਨਣੀ ਹੀ ਪਈ। ਇਹ ਇੱਕ ਬੜੀ ਅਣਸੁਖਾਵੀਂ ਸਥਿਤੀ ਹੈ ਕਿ ਖੋਜ ਅਤੇ ਅਕਾਦਮਿਕ ਖੇਤਰ ਵਿੱਚ ਵੀ ਹਾਲਾਂ ਤੱਕ ਸਾਡੀ ਪੁਰਾਣੀ ਆਦਤ ਅਤੇ ਸਿਸਟਮ ਨਹੀਂ ਬਦਲਿਆ ਜਾ ਸਕਿਆ ਤਾਂ ਜੋ ਹਰ ਪੱਧਰ ਦਾ ਖੋਜਕਾਰ ਆਪਣੀ ਸਮਰੱਥਾ ਮੁਤਾਬਕ ਖੋਜ ਵਿੱਚ ਯੋਗਦਾਨ ਪਾ ਸਕੇ ਅਤੇ ਉਹਦਾ ਪੂਰਾ ਸਿਹਰਾ ਆਪਣੇ ਸਿਰ ਬੰਨ ਸਕੇ। ਹਾਲਾਂ ਤੱਕ ਇੱਕ ਇੱਕ ਪਰਚੇ ਦੇ ਕਈ ਕਈ ਲੇਖਕ ਹੁੰਦੇ ਹਨ ਅਤੇ ਤਕਰੀਬਨ ਹਰ ਖੋਜ
ਪਰਚੇ ਦਾ ਪਹਿਲੇ ਨੰਬਰ ਦਾ ਖੋਜਕਾਰ ਸਭ ਤੋਂ ਸੀਨੀਅਰ ਵਿਗਿਆਨੀ ਜਾਂ ਵਿਭਾਗ ਦਾ ਮੁਖੀ ਹੁੰਦਾ ਹੈ। ਇਸ ਨਾਲ ਜੂਨੀਅਰ ਖੋਜਕਾਰਾਂ ਦਾ ਉਤਸ਼ਾਹ ਮੱਠਾ ਪੈ ਜਾਂਦਾ ਜਾਂ ਉੱਕਾ ਹੀ ਮਰ ਜਾਂਦਾ ਹੈ। ਮੈਨੂੰ ਯਾਦ ਹੈ ਜਦ ਮੈਂ ਖੋਜ ਨਿਰਦੇਸ਼ਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਸਾਂ, ਇੱਕ ਜੂਨੀਅਰ ਵਿਗਿਆਨੀ ਨੇ ਦੇਸੀ ਕਪਾਹ ਦੀ ਇੱਕ ਉੱਨਤ ਕਿਸਮ ਤਿਆਰ ਕੀਤੀ। ਵਿਭਾਗ ਦੇ ਮੁਖੀ ਨੇ ਆਪਣੇ ਪਹਿਲੇ ਨੰਬਰ 'ਤੇ ਨਾਂ ਥੱਲੇ ਉਸ ਬਾਰੇ ਖੋਜ ਪਰਚਾ ਲਿਖ ਕੇ ਭੇਜ ਦਿੱਤਾ। ਜਦ ਉਸ ਜੂਨੀਅਰ ਵਿਗਿਆਨੀ ਨੂੰ ਪਤਾ ਲੱਗਾ ਤਾਂ ਦੁਖੀ ਹੋਇਆ, ਮੇਰੇ ਪਾਸ ਆਇਆ ਅਤੇ ਕਹਿਣ ਲੱਗਾ ਕਿ ਵਿਭਾਗ ਦੇ ਮੁਖੀ ਦਾ ਕੋਈ ਵੀ ਇਸ ਕਿਸਮ ਨੂੰ ਕੱਢਣ ਦੇ ਕੰਮ ਵਿੱਚ ਯੋਗਦਾਨ ਨਹੀਂ, ਪਰ ਆਪ ਹੀ ਹੁਣ ਇਸ ਪਹਿਲੇ ਨੰਬਰ ਦਾ ਨਿਰਮਾਤਾ ਬਣ ਬੈਠਾ ਹੈ। ਜਾਂਚ ਕਰਨ ਤੋਂ ਬਾਅਦ ਪਤਾ ਲੱਗਾ ਕਿ ਇਸ ਖੋਜ ਵਿੱਚ ਉਸ ਵਿਭਾਗ ਦੇ ਮੁਖੀ ਨੇ ਕੋਈ ਹਿੱਸਾ ਨਹੀਂ ਸੀ ਪਾਇਆ। ਮੈਂ ਰਸਾਲੇ ਦੇ ਐਡੀਟਰ ਨੂੰ ਲਿਖ ਕੇ ਉਹ ਪਰਚਾ ਉਹਦੇ ਨਾਂ ਹੇਠ ਛਪਣੋਂ ਰੋਕ ਦਿੱਤਾ। ਉਹਦਾ 6 ਮਹੀਨੇ ਝਗੜਾ ਚੱਲਦਾ ਰਿਹਾ। ਉਹ ਵਿਭਾਗ ਦਾ ਮੁਖੀ ਮੇਰਾ ਅੱਛਾ ਦੋਸਤ ਵੀ ਸੀ, ਕਾਫੀ ਨਾਰਾਜ਼ਗੀ ਘਟੀ, ਪਰ ਹੱਕ ਸੱਚ ਦਾ ਆਖਰ ਹੱਕ ਸੱਚ ਹੀ ਹੁੰਦਾ। ਸਾਡੇ ਅਕਾਦਮਿਕ ਢਾਂਚੇ ਦੀ ਇਹ ਬਦਕਿਸਮਤੀ ਹੈ ਕਿ ਬਹੁਤ ਸਾਰੇ ਸੀਨੀਅਰ ਵਿਗਿਆਨੀ ਅਤੇ ਵਿਦਵਾਨ ਆਪਣੇ ਜੂਨੀਅਰ ਸਾਥੀਆਂ ਸਹਿਯੋਗੀਆਂ ਦੇ ਮੋਢਿਆਂ ਉੱਤੇ ਖੜੋ ਕੇ ਉੱਚੇ ਬਣਦੇ ਹਨ। ਇਸ ਨਾਲ ਉਹਨਾਂ ਦਾ ਆਪਣਾ ਆਪਾ ਤਾਂ ਖੋਖਲਾ ਰਹਿ ਹੀ ਜਾਂਦਾ ਹੈ, ਜੂਨੀਅਰ ਸਾਥੀਆਂ ਦੀ ਵੀ ਸੰਗੀ ਘੁੱਟੀ ਜਾਂਦੀ ਹੈ ਅਤੇ ਉਹਨਾਂ ਦਾ ਉਤਸ਼ਾਹ ਮਾਰਿਆ ਜਾਂਦਾ ਹੈ। ਜਦ ਇਹ ਜੂਨੀਅਰ ਅਧਿਕਾਰ ਹਾਸਲ ਕਰ ਲੈਂਦੇ ਨੇ ਤਾਂ ਉਹ ਵੀ ਇਸੇ ਤਰ੍ਹਾਂ ਕਰਦੇ ਨੇ। ਨਤੀਜੇ ਵਜੋਂ ਸਾਰਾ ਖੋਜ ਅਤੇ ਅਕਾਦਮਿਕ ਢਾਂਚਾ ਹੀ ਪ੍ਰਦੂਸ਼ਿਤ ਹੋ ਜਾਂਦਾ ਹੈ। ਆਮ ਵਿਗਿਆਨੀ ਜਾਂ ਵਿਦਵਾਨ ਆਪਣਾ ਉਤਸ਼ਾਹ ਗੁਆ ਬੈਠਦਾ ਹੈ। ਮੈਨੂੰ ਯਾਦ ਹੈ ਕਿ ਮੈਂ ਜਦ ਅਸਿਸਟੈਂਟ ਪ੍ਰੋਫੈਸਰ ਸਾਂ ਤਾਂ ਮੈਥੋਂ ਸੀਨੀਅਰ ਵਿਭਾਗ ਦਾ ਮੁਖੀ ਮੇਰੇ ਹਰ ਪਰਚੇ 'ਤੇ ਆਪਣਾ ਪਹਿਲਾ ਨਾਂ ਲਿਖ ਲੈਂਦਾ ਸੀ। ਇਸ ਤਰ੍ਹਾਂ 12-14 ਖੋਜ ਪੱਤਰਾਂ 'ਤੇ ਉਹਨੇ ਪਹਿਲਾ ਨਾਂ ਆਪਣਾ ਲਿਖਿਆ, ਜਦਕਿ ਸਾਰਾ ਹੀ ਕੰਮ ਮੇਰਾ ਆਪਣਾ ਕੀਤਾ ਹੁੰਦਾ ਸੀ। ਉਹ ਸਿਰਫ ਅੰਗਰੇਜ਼ੀ ਦੇ 2-4 ਅੱਖਰ ਘੱਟ ਵੱਧ ਹੀ ਕਰਦਾ ਸੀ। ਨਤੀਜੇ ਵਜੋਂ ਉਹਦੀ ਕਾਫੀ ਗੁੱਡੀ ਚੜ੍ਹੀ। ਮੈਂ ਪਿੱਛੇ ਖੜ੍ਹਾ ਵੇਖਦਾ ਹੀ ਰਹਿ ਗਿਆ। ਹੌਲੀ ਹੌਲੀ ਮੇਰੇ ਪ੍ਰੋਫੈਸਰ ਅਤੇ ਵਿਗਿਆਨੀਆਂ ਨੂੰ ਪਤਾ ਤਾਂ ਲੱਗ ਗਿਆ ਕਿ ਖੋਜ ਪੱਤਰ ਅਸਲ 'ਚ ਕੌਣ ਲਿਖਦਾ, ਪਰ ਫਿਰ ਵੀ ਦੂਜੇ ਨੰਬਰ ਦਾ ਲਿਖਾਰੀ ਦੂਜੇ ਨੰਬਰ 'ਤੇ ਹੀ ਹੁੰਦਾ। ਆਖਿਰ ਇੱਕ ਵਾਰ ਮੈਂ ਖੋਜ ਪੱਤਰ ਲਿਖ ਕੇ ਆਪਣਾ ਨਾਮ ਪਹਿਲੇ ਨੰਬਰ 'ਤੇ ਲਿਖ ਲਿਆ ਅਤੇ ਉਹਦਾ ਦੂਜੇ ਨੰਬਰ 'ਤੇ। ਇਹ ਵੇਖ ਕੇ ਉਹਦੇ ਹੱਥ ਕੰਬ ਗਏ ਅਤੇ ਕਹਿਣ ਲੱਗਾ ਕਿ ਇਸ ਤਰ੍ਹਾਂ ਕਾਨਫਰੰਸ ਵਿੱਚ ਮੈਂ ਕਿਹੜੇ ਮੂੰਹ ਨਾਲ ਇਹ ਪਰਚਾ ਪੜਾਂਗਾ ਜਾਂ ਪੇਸ਼ ਕਰਾਂਗਾ, ਤੂੰ ਅਗਲੇ ਪਰਚੇ ਉੱਤੇ ਆਪਣਾ ਪਹਿਲੇ ਨੰਬਰ 'ਤੇ ਨਾਂ ਲਿਖ ਲਵੀਂ। ਮੈਂ ਕਿਹਾ ਕਿ ਆਖਿਰ ਦੂਜੇ ਨੰਬਰ ਦਾ ਔਥਰ ਵੀ ਤਾਂ ਪਰਚਾ ਪੇਸ਼ ਕਰ ਸਕਦਾ, ਨਹੀਂ ਤਾਂ ਮੈਂ ਨਾਲ ਚਲਾ ਜਾਂਦਾ ਅਤੇ ਕਾਨਫਰੰਸ 'ਤੇ ਮੈਂ ਕਰ ਦਿਆਂਗਾ ਇਹ ਪਰਚਾ ਪੇਸ਼। ਬਹੁਤ ਕਹਿਣ 'ਤੇ ਵੀ ਉਹ ਮੇਰੀ ਗੱਲ ਨਾ ਮੰਨਿਆ ਅਤੇ ਆਖਿਰ ਆਪਣਾ ਨਾਂ ਹੀ ਪਹਿਲੇ ਨੰਬਰ 'ਤੇ ਲਿਖ ਕੇ ਪਰਚਾ ਪੇਸ਼ ਭੇਜ ਦਿੱਤਾ। ਇਹ ਮੇਰਾ ਆਖਰੀ ਖੋਜ ਪੱਤਰ ਸੀ ਉਸ ਨਾਲ ਸਾਂਝਾ। ਉਸ ਤੋਂ ਬਾਅਦ ਮੈਂ ਸਾਲ ਭਰ ਕੋਈ ਪਰਚਾ ਲਿਖਿਆ ਹੀ ਨਾ। ਇਹ ਤੋਂ ਪਿੱਛੋਂ ਮੈਂ ਜਿੰਨੇ ਵੀ ਖੋਜ ਪਰਚੇ ਲਿਖੇ ਉਹ ਸਿਰਫ ਇਕੱਲੇ ਹੀ ਲਿਖੇ ਅਤੇ ਆਪਣੇ ਹੀ ਨਾਂ ਥੱਲੇ ਛਪਵਾਏ। ਮੁੜ ਮੈਂ ਵਿਭਾਗ ਦਾ ਮੁਖੀ ਵੀ ਰਿਹਾ ਅਤੇ ਯੂਨੀਵਰਸਿਟੀ ਦਾ ਖੋਜ ਨਿਰਦੇਸ਼ਕ ਵੀ। ਮੈਂ ਸਿਵਾਏ 2-4 ਪਰਚਿਆਂ ਦੇ ਕਿਸੇ ਨਾਲ ਸਾਂਝਾ ਖੋਜ ਪਰਚਾ ਨਹੀਂ ਲਿਖਿਆ। ਕਾਫੀ ਜੂਨੀਅਰ ਵਿਗਿਆਨੀਆਂ ਦੀ ਮਦਦ ਵੀ ਕੀਤੀ ਹੈ ਖੋਜ ਵਿੱਚ। ਕਈ ਵਾਰੀ ਤਾਂ ਅੱਧੇ ਤੋਂ ਵੀ ਵੱਧ ਕੰਮ ਮੇਰਾ ਆਪਣਾ ਕੀਤਾ ਹੁੰਦਾ, ਪਰ ਸਿਰਫ ਪਰਚੇ 'ਚ ਸੋਧਾਂ ਦਾ ਧੰਨਵਾਦ ਹੀ ਕਬੂਲ ਕੀਤਾ। ਇਸ ਤਰ੍ਹਾਂ ਕਰਨ ਨਾਲ ਜੂਨੀਅਰ ਅਧਿਆਪਕਾਂ ਅਤੇ ਖੋਜਕਾਰਾਂ ਨੂੰ ਬਹੁਤ ਉਤਸ਼ਾਹ ਮਿਲਿਆ ਅਤੇ ਵਿਭਾਗੀ ਕੰਮ ਵਿੱਚ ਬਹੁਤ ਤੇਜ਼ੀ ਆਈ। ਵਿਭਾਗ ਦੇ ਸਮੁੱਚੇ ਤੌਰ 'ਤੇ ਚੰਗੇ ਕੰਮ ਦਾ ਸਿਹਰਾ ਤਾਂ ਆਖਰ ਮੇਰੇ ਸਿਰ ਹੀ ਵੱਜਾ। ਬਹੁਤ ਸਾਰੇ ਅਧਿਕਾਰੀ ਆਪਣੇ ਵਿਦਿਆਰਥੀਆਂ ਅਤੇ ਜੂਨੀਅਰ ਸਾਥੀਆਂ ਦੀ ਖੋਜ ਉੱਤੇ ਆਪਣਾ ਅਧਿਕਾਰ ਜਮਾ ਲੈਂਦੇ ਹਨ ਅਤੇ ਉਹਨਾਂ ਨੂੰ ਖੁੱਡੇ ਲਾਈਨ ਲਾ ਦਿੰਦੇ ਹਨ। ਆਪ ਵੱਡੇ ਵੱਡੇ ਪੁਰਸਕਾਰ ਵੀ ਲੈ ਜਾਂਦੇ ਹਨ, ਪਰ ਇਹਨਾਂ ਦੀ ਆਪਣੇ ਸਾਥੀਆਂ ਵਿੱਚ ਪ੍ਰਤੀਤ ਨਹੀਂ ਰਹਿੰਦੀ। ਇਹ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਨੁਕਸਾਨ ਹੈ। ਫਿਲੀਪੀਨ ਕਾਫੀ ਗਰੀਬ ਦੇਸ਼ ਹੈ। ਸੈਂਕੜੇ ਛੋਟੇ ਛੋਟੇ ਟਾਪੂ ਹਨ ਇਸ ਦੇਸ਼ 'ਤੇ। ਮੱਝਾਂ ਕਾਫੀ ਪਾਲੀਆਂ ਜਾਂਦੀਆਂ ਹਨ। ਇਹ ਦੁੱਧ ਬਹੁਤ ਘੱਟ ਦਿੰਦੀਆਂ ਹਨ, ਸਰੀਰੋਂ ਵੀ ਮਾੜੀਆਂ ਹੀ ਹਨ। ਮੱਝ ਦਾ ਗੋਸ਼ਤ ਤੇ ਲੋਕ ਖਾਂਦੇ ਹਨ ਅਤੇ ਚਮੜੇ ਦਾ ਕਾਫੀ ਵਪਾਰ ਹੈ। ਕਈਆਂ ਥਾਵਾਂ 'ਤੇ ਤਾਂ ਬਿਲਕੁਲ ਪੰਜਾਬ ਦਾ ਹੀ ਨਕਸ਼ਾ ਨਜ਼ਰ ਆਉਂਦਾ ਹੈ। ਬੱਚੇ ਅਤੇ ਨੌਜਵਾਨ ਮੱਝਾਂ ਦੀਆਂ ਪਿੱਠਾਂ 'ਤੇ ਬੈਠ ਕੇ ਮੱਝਾਂ ਚਰਾਉਣ ਜਾਂਦੇ ਹਨ। ਪਤਾ ਲੱਗਾ ਕਿ ਦੁੱਧ ਪੱਖੋਂ ਇਹ ਮੱਝਾਂ ਸਾਡੀਆਂ ਮੱਝਾਂ ਨਾਲੋਂ ਵੀ ਮਾੜੀਆਂ ਹਨ। ਦਰਅਸਲ ਉੱਨਤ ਕਿਸਮ ਦੀਆਂ ਮੱਝਾਂ ਤਾਂ ਪੰਜਾਬ ਹਰਿਆਣੇ ਵਿੱਚ ਹੀ ਹਨ, ਪਰ ਇਹਨਾਂ ਦਾ ਵੀ ਦੁੱਧ ਬਹੁਤ ਘੱਟ ਹੈ। ਅਸੂਲੀ ਤੌਰ 'ਤੇ ਮੈਂ ਮੱਝਾਂ ਨੂੰ ਦੁਧਾਰੂ ਜਾਨਵਰ ਹੀ ਨਹੀਂ ਮੰਨਦਾ। ਇਹ ਇੰਨਾ ਖਾਂਦੀ ਹੈ ਕਿ ਦੁੱਧ ਘੱਟ ਦਿੰਦੀ ਹੈ ਅਤੇ ਗੋਹਾ ਜ਼ਿਆਦਾ ਕਰਦੀ ਹੈ। ਮੈਂ ਤਾਂ ਇਹਨੂੰ ਹਰੇ ਚਾਰੇ ਤੋਂ ਗੋਬਰ ਬਣਾਉਣ ਵਾਲੀ ਮਸ਼ੀਨ ਕਹਿਣਾ ਜ਼ਿਆਦਾ ਮੁਨਾਸਿਬ ਸਮਝਦਾ। ਇਸ ਦੇ ਦੁੱਧ ਦੀ ਮੂਲ ਸਮਰੱਥਾ ਬਹੁਤ ਘੱਟ ਹੈ, ਇਸੇ ਕਰਕੇ ਇਹਦੇ ਦੁੱਧ ਵਿੱਚ ਚਰਬੀ ਬਹੁਤ ਜ਼ਿਆਦਾ ਹੁੰਦੀ ਹੈ। ਵੱਧ ਖਾਣ ਅਤੇ ਘੱਟ ਦੁੱਧ ਦੇਣ ਨਾਲ ਇਹ ਜਾਨਵਰ ਮਜ਼ਬੂਤ ਹੱਡਾਂ ਵਾਲਾ ਅਤੇ ਭਾਰਾ ਹੋ ਜਾਂਦਾ ਹੈ ਅਤੇ ਬਿਮਾਰੀ ਵੀ ਘੱਟ ਲੱਗਦੀ ਹੈ। ਜੋ ਮੱਝ ਮੁਕਾਬਲਤਨ ਦੁੱਧ ਜ਼ਿਆਦਾ ਦਿੰਦੀ ਹੈ ਉਹਦੇ ਦੁੱਧ ਵਿੱਚ ਚਰਬੀ ਦੀ ਪ੍ਰਤੀਸ਼ਤ ਮਿਕਦਾਰ ਘੱਟ ਹੁੰਦੀ ਹੈ। ਸਰੀਰੋਂ ਕਮਜ਼ੋਰ ਵੀ ਹੁੰਦੀ ਹੈ ਅਤੇ ਬਿਮਾਰੀ ਵੀ ਛੇਤੀ ਲੱਗਦੀ ਹੈ।
ਇਹਦੇ ਮੁਕਾਬਲੇ ਗਊ ਦੀ ਦੁੱਧ ਦੇਣ ਦੀ ਸਮਰੱਥਾ ਕਿਤੇ ਵੱਧ ਹੈ। ਜਿੱਥੇ ਇੱਕ ਮੱਝ ਪੂਰੇ ਸੂਏ 'ਚ 2000 ਲੀਟਰ ਦੁੱਧ ਦੇ ਦੇਵੇ ਤਾਂ ਸਾਡੇ ਵਿਗਿਆਨੀ ਉਸ ਜਾਨਵਰ ਨੂੰ ਉੱਨਤ ਕਿਸਮ ਦਾ ਜਾਨਵਰ ਸਮਝਦੇ ਹਨ। ਪੱਛਮੀ ਦੇਸ਼ਾਂ ਵਿੱਚ 4000 ਲੀਟਰ ਦੁੱਧ ਦੇਣ ਵਾਲੀ ਗਊ ਨੂੰ ਵੀ ਕੱਢ ਦਿੱਤਾ ਜਾਂਦਾ ਹੈ ਕਿਉਂਕਿ ਉਹਨੂੰ ਅੱਛਾ ਜਾਨਵਰ ਨਹੀਂ ਸਮਝਿਆ ਜਾਂਦਾ, ਕਿਉਂਕਿ ਗਊ ਦੁੱਧ ਵੱਧ ਦਿੰਦੀ ਹੈ। ਇਸ ਕਰਕੇ ਉਹਦੇ ਦੁੱਧ ਵਿੱਚ ਚਰਬੀ ਦੀ ਪ੍ਰਤੀਸ਼ਤ ਮਿਕਦਾਰ ਘੱਟ ਹੁੰਦੀ ਹੈ। ਗਊਆਂ ਵਿੱਚ ਵੀ ਵੱਧ ਦੁੱਧ ਦੇਣ ਵਾਲੇ ਜਾਨਵਰ ਦੇ ਦੁੱਧ ਵਿੱਚ ਪ੍ਰਤੀਸ਼ਤ ਚਰਬੀ ਘੱਟ ਹੁੰਦੀ ਹੈ। ਦੁੱਧ ਵੱਧ ਦੇਣ ਨਾਲ ਤਾਕਤ ਵੱਧ ਖਰਚ ਹੁੰਦੀ ਹੈ, ਇਸੇ ਕਰਕੇ ਸਿਹਤ ਪੱਖੋਂ ਗਊਆਂ ਨੂੰ ਬਿਮਾਰੀ ਵੀ ਵੱਧ ਲੱਗਦੀ ਹੈ। ਮੇਰੇ ਵਿਚਾਰ ਵਿੱਚ ਮੱਝ ਨਾਲੋਂ ਦੁੱਧ ਵਾਸਤੇ ਸਾਡੀ ਖੋਜ ਦਾ ਕੇਂਦਰ ਗਊ ਹੋਣਾ ਚਾਹੀਦਾ ਹੈ। ਮੱਝਾਂ ਦਾ ਮੁੱਢਲਾ ਸਥਾਨ ਤਾਂ ਹਿੰਦੁਸਤਾਨ ਅਤੇ ਦੱਖਣ ਪੂਰਬੀ ਦੇਸ਼ ਹੀ ਹਨ। ਸਭ ਤੋਂ ਵੱਧ ਦੁੱਧ ਦੇਣ ਵਾਲੀਆਂ ਨਸਲਾਂ ਤਾਂ ਪੰਜਾਬ ਅਤੇ ਪਾਕਿਸਤਾਨ ਵਿੱਚ ਹੀ ਹਨ। ਮੂਲ ਤੌਰ 'ਤੇ ਇਸ ਜਾਨਵਰ ਦੀ ਦੁੱਧ ਦੀ ਸ਼ਕਤੀ ਬਹੁਤ ਵਧਾਈ ਵੀ ਨਹੀਂ ਜਾ ਸਕਦੀ। ਜੇ ਵਧਾਈ ਜਾ ਸਕਦੀ ਹੁੰਦੀ ਤਾਂ ਪੱਛਮੀ ਦੇਸ਼ਾਂ ਨੇ ਕਦੋਂ ਦਾ ਹੀ ਇਸ ਜਾਨਵਰ ਨੂੰ ਅਪਣਾ ਲਿਆ ਹੋਣਾ ਸੀ ਅਤੇ ਗਊ ਵਾਂਗ ਹੀ ਇਸ ਦੀ ਉਪਜ ਸ਼ਕਤੀ ਵਧਾ ਲੈਣੀ ਸੀ। ਬਦਕਿਸਮਤੀ ਇਹ ਹੈ ਕਿ ਸਾਡੇ ਵਿਗਿਆਨੀ ਸਮਝਾਉਣ ਦੇ ਬਾਵਜੂਦ ਇਸ ਗੱਲ ਨੂੰ ਨਹੀਂ ਸਮਝਦੇ ਅਤੇ ਇਹਨਾਂ ਦੀ ਸਾਰੀ ਖੋਜ ਮੱਝ ਦੀ ਪੂਛ ਨਾਲ ਹੀ ਲਟਕ ਰਹੀ ਹੈ। ਜੇ ਇੰਨਾ ਪੈਸਾ ਅਤੇ ਸਮਾਂ ਜੋ ਮੱਝਾਂ ਦੀ ਖੋਜ ਉੱਤੇ ਲਾਇਆ ਹੈ, ਗਊ ਦੀ ਉੱਨਤ ਕਿਸਮ ਪੈਦਾ ਕਰਨ 'ਤੇ ਲਾਇਆ ਹੁੰਦਾ ਤਾਂ ਸਾਡੇ ਦੇਸ਼ ਵਿੱਚ ਦੁੱਧ ਦਾ ਉਤਪਾਦਨ ਕਿਤੇ ਵੱਧ ਹੁੰਦਾ। ਬਹੁਤ ਸਾਰੇ ਇਲਾਕੇ ਵਿੱਚ ਤਾਂ ਵਿਦੇਸ਼ੀ ਗਊਆਂ, ਖਾਸ ਕਰਕੇ ਹੋਲਸਟੀਨ, ਫਰੀਜ਼ਨ ਅਤੇ ਨਿਊ ਜਰਸੀ ਆਦਿ ਸਿੱਧੀਆਂ ਹੀ ਪਾਲੀਆਂ ਜਾ ਸਕਦੀਆਂ ਹਨ। ਸਿਰਫ ਇਹਨਾਂ ਵਾਸਤੇ ਸਾਫ਼ ਸੁਥਰੇ ਮਾਹੌਲ ਅਤੇ ਡਾਕਟਰੀ ਸਹਾਇਤਾ ਦਾ ਖਿਆਲ ਅਤੇ ਪ੍ਰਬੰਧ ਕਰਨਾ ਜ਼ਰੂਰੀ ਹੈ। ਮਿਸਾਲ ਵਜੋਂ ਹਿਮਾਚਲ ਦੇ ਕਾਂਗੜਾ ਆਦਿ ਦੇ ਇਲਾਕੇ ਵਿੱਚ ਅਤੇ ਹੋਰ ਨੀਵੀਆਂ ਪਹਾੜੀਆਂ ਦੇ ਇਲਾਕੇ ਜਿੱਥੇ ਮੌਸਮ ਨਰਮ ਰਹਿੰਦਾ, ਘਾਹ ਅਤੇ ਹਰਾ ਚਾਰਾ ਅੱਛਾ ਹੋ ਸਕਦਾ ਹੈ, ਇਹ ਉੱਨਤ ਕਿਸਮ ਦੀਆਂ ਦੁਧਾਰੂ ਗਊਆਂ ਆਰਾਮ ਨਾਲ ਪਾਲੀਆਂ ਜਾ ਸਕਦੀਆਂ ਹਨ। ਸਾਡੀ ਮੁਸ਼ਕਲ ਇਹ ਹੈ ਕਿ ਸਾਡੇ ਲੋਕ ਵੱਧ ਚਰਬੀ ਵਾਲੇ ਦੁੱਧ ਨੂੰ ਹੀ ਦੁੱਧ ਸਮਝਦੇ ਹਨ। 4-4.5% ਵਾਲੇ ਗਊ ਦੇ ਦੁੱਧ ਨੂੰ ਦੁੱਧ ਹੀ ਨਹੀਂ ਸਮਝਦੇ। 6-7% ਵਾਲਾ ਮੱਝ ਦਾ ਦੁੱਧ ਵੀ ਚੰਗਾ ਸਮਝਿਆ ਜਾਂਦਾ ਹੈ। ਇਸ ਤੋਂ ਉਲਟ ਪੱਛਮ ਵਿੱਚ ਕਿਤੇ ਵੀ 3-3.5% ਤੋਂ ਵੱਧ ਚਰਬੀ ਵਾਲਾ ਦੁੱਧ ਨਹੀਂ ਮਿਲਦਾ, ਸਗੋਂ ਪੀਣ ਵਾਸਤੇ ਘੱਟ ਚਰਬੀ ਵਾਲਾ 1-2% ਦਾ ਦੁੱਧ ਸਟੋਰਾਂ 'ਤੇ ਲਿਆਈਦਾ। ਸਾਨੂੰ ਦੁੱਧ ਦੀ ਪਰਿਭਾਸ਼ਾ ਬਦਲਣ ਦੀ ਲੋੜ ਹੈ। ਚਰਬੀ ਤਾਂ ਦੁੱਧ ਨਹੀਂ ਹੁੰਦੀ, ਚਰਬੀ ਦਾ ਵੱਧ ਹੋਣਾ ਵੀ ਦੁੱਧ ਦੇ ਚੰਗੇ ਹੋਣ ਦਾ ਕੋਈ ਸਬੂਤ ਨਹੀਂ। ਇਸ ਪਾਸੇ ਵੱਲ ਲੋਕਾਂ ਨੂੰ ਸਿੱਖਿਆ ਦੇਣੀ ਬਹੁਤ ਜ਼ਰੂਰੀ ਹੈ। ਚਰਬੀ ਸਗੋਂ ਸਿਹਤ ਲਈ ਹਾਨੀਕਾਰਕ ਹੈ। ਵੈਸੇ ਵੀ ਮੱਝ ਦੇ ਦੁੱਧ ਵਿੱਚ ਜੋ ਚਰਬੀ ਹੈ ਉਹਦੇ ਦਾਣੇ ਵੱਡੇ ਹੁੰਦੇ ਹਨ ਜੋ ਇਨਸਾਨੀ ਖੁਰਾਕ ਦੇ ਲਈ ਅੱਛੇ ਨਹੀਂ। ਗਊ ਦੇ ਦੁੱਧ ਦੇ ਚਰਬੀ ਦੇ ਦਾਣੇ ਛੋਟੇ ਅਤੇ ਇਨਸਾਨੀ ਦੁੱਧ ਦੇ ਨੇੜੇ ਹੁੰਦੇ ਹਨ। ਸਭ ਤੋਂ ਵਧੀਆ ਦੁੱਧ ਇਸ ਪੱਖੋਂ ਇਨਸਾਨੀ ਖੁਰਾਕ ਲਈ ਬੱਕਰੀ ਦਾ ਹੁੰਦਾ ਹੈ। ਮਹਾਤਮਾ ਗਾਂਧੀ ਐਵੇਂ ਨਹੀਂ ਸੀ ਬੱਕਰੀ ਨਾਲ ਲਈ ਫਿਰਦੇ, ਵਿਗਿਆਨਕ ਤੌਰ 'ਤੇ ਉਹ ਸਹੀ ਲੀਹਾਂ 'ਤੇ ਚੱਲ ਰਹੇ ਸਨ, ਪਰ ਅਸੀਂ ਇਸ ਸੁਚੱਜੇ ਕਦਮ ਨੂੰ ਹਾਸੇ 'ਚ ਹੀ ਉਡਾ ਛੱਡਦੇ ਹਾਂ। ਤੁਸੀਂ ਵੇਖਿਆ ਹੋਏਗਾ ਕਿ ਜੇ ਕੋਈ ਬੱਚਾ ਬਿਮਾਰ ਹੋ ਜਾਏ ਤਾਂ ਹਕੀਮ ਬੱਕਰੀ ਦੇ ਦੁੱਧ ਦੀ ਸਿਫਾਰਿਸ਼ ਕਰਦੇ ਹਨ। ਪੰਜਾਬ ਵਿੱਚ ਮੱਝਾਂ ਵੱਧ ਹੋਣ ਕਰਕੇ ਇੱਕ ਤਾਂ ਆਰਥਿਕ ਪੱਖੋਂ ਦੁੱਧ ਉਤਪਾਦਨ ਦਾ ਖਰਚਾ ਵੱਧ ਹੈ, ਇਸ ਦੁੱਧ ਦੀ ਕੁੱਲ ਲਾਗਤ ਪ੍ਰਤੀ ਲੀਟਰ ਗਊ ਦੇ ਦੁੱਧ ਨਾਲੋਂ ਦੁੱਗਣੀ ਤੋਂ ਵੀ ਵੱਧ ਹੈ। ਦੂਜੇ ਸਭ ਤੋਂ ਵੱਧ ਮਾੜਾ ਅਸਰ ਇਸ ਦੁੱਧ ਦਾ ਪੰਜਾਬੀ ਮਾਨਸਿਕਤਾ ਉੱਤੇ ਪਿਆ। ਇਸ ਪੱਖ ਨੂੰ ਮੈਂ ਉਦੋਂ ਦਾ ਮੰਨਦਾ ਜਦੋਂ ਮੈਂ ਅੱਜ ਤੋਂ 3 ਦਹਾਕੇ ਪਹਿਲਾਂ ਫਲੋਰ ਦੇ ਨੂਰ ਮਹਿਲ ਨੂੰ ਗੱਡੀ 'ਚ ਸਫ਼ਰ ਕਰ ਰਿਹਾ ਸੀ। ਦੋ ਹੱਟੀਆਂ ਕੱਟੀਆਂ ਅੱਧ ਖੜ ਜੱਟੀਆਂ ਆਪਸ ਵਿੱਚ ਝਗੜ ਪਈਆਂ, ਕਾਫ਼ੀ ਉੱਚੀਆਂ ਨੀਵੀਆਂ ਗੱਲਾਂ ਕਹੀਆਂ ਉਹਨਾਂ ਨੇ ਇੱਕ ਦੂਜੀ ਨੂੰ। ਆਖਿਰ ਕਹਿਣ ਲੱਗੇ, ਚੱਲ ਪਿੰਡ ਅੱਜ ਕੱਢੀ ਆਪਣੇ ਜਣਿਆਂ ਨੂੰ, ਵੇਖੂੰਗੀ ਤੇਰਾ ਦੁੱਧ ਚੁੰਘਾਇਆ ਅੱਜ ਆਪਣੇ ਪੁੱਤਾਂ ਸਾਹਮਣੇ। ਉਹ ਮਾਤਾ ਠੀਕ ਕਹਿੰਦੀ ਸੀ, ਦੁੱਧ ਦਾ ਅਸਰ ਬਹੁਤ ਹੁੰਦਾ ਹੈ। ਜੋ ਕੁਝ ਵੀ ਅਸੀਂ ਦੁੱਧ ਨਾਲ ਬਚਪਨ 'ਚ ਚੁੰਘਦੇ ਹਾਂ ਉਹ ਸਾਰੀ ਉਮਰ ਸਾਡੇ ਉੱਤੇ ਹਾਵੀ ਰਹਿੰਦਾ ਹੈ। ਭ੍ਰਿਸ਼ਟ ਜਾਂ ਸੂਖਮ ਬੁੱਧੀ ਵੀ ਮਾਂ ਦੇ ਦੁੱਧ ਤੋਂ ਕਾਫ਼ੀ ਪ੍ਰਭਾਵਿਤ ਹੁੰਦੀ ਹੈ। ਮੈਂ ਸੋਚਦਾ ਕਿ ਪੰਜਾਬੀਆਂ ਨੂੰ ਦੁੱਧ ਚੁੰਘਾਉਣ ਵਾਲੀ ਮਾਂ ਤਾਂ ਦਰਅਸਲ ਮੱਝ ਹੀ ਹੈ। ਇਸ ਜਾਨਵਰ ਜਿੰਨਾ ਮੂਰਖ ਜਾਨਵਰ ਰੱਬ ਨੇ ਸ਼ਾਇਦ ਹੀ ਹੋਰ ਪੈਦਾ ਕੀਤਾ ਹੋਵੇ। ਇਸ ਬੁੱਧੀਹੀਨ, ਮੋਟੀ ਚਮੜੀ ਅਤੇ ਮੋਟੇ ਪੱਠਿਆਂ ਵਾਲੇ ਜਾਨਵਰ ਦਾ ਦੁੱਧ ਪੀ ਪੀ ਕੇ ਅਸੀਂ ਬਹਾਦਰ ਅਤੇ ਸਡੋਲ ਤਾਂ ਬਣ ਗਏ ਅਤੇ ਪੰਜਾਬੀ ਪੂਛਾਂ ਵਾਲੀਆਂ ਗਾਲਾਂ ਵੀ ਕੱਢਣ ਦੇ ਕਾਬਲ ਹੋ ਗਏ, ਜਿਸ ਵਿੱਚ ਇਹਨਾਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਪਰ ਨੀਤੀ, ਸੂਖਮਤਾ ਅਤੇ ਬੁੱਧੀ ਆਧਾਰਿਤ ਵਿਵਹਾਰ 'ਚ ਅਸੀਂ ਮਾਰ ਖਾ ਗਏ। ਬਾਹਮਣ ਐਵੇਂ ਤਾਂ ਨਹੀਂ ਕਪਲਾ ਗਊ ਜੱਟਾਂ ਪਾਸ ਰਹਿਣ ਨਹੀਂ ਸਨ ਦਿੰਦੇ ਅਤੇ ਦਾਨ ਕਰਵਾ ਦਿੰਦੇ ਸਨ। ਮੂਰਖ ਜਾਨਵਰ ਦਾ ਦੁੱਧ ਪੀ ਕੇ ਹੀ ਬੁੱਧੀ ਮੋਟੀ ਰਹਿ ਸਕਦੀ ਸੀ, ਜੋ ਜੱਟ ਲਈ ਰਾਖਵੀਂ ਰੱਖਣਾ ਚਾਹੁੰਦੇ ਸਨ। ਕਪਲਾ ਗਊ ਦਾ ਦੁੱਧ ਆਪ ਪੀਂਦੇ ਸਨ, ਜੱਟ ਵਾਸਤੇ ਕਪਲਾ ਗਊ ਦਾ ਦੁੱਧ ਬੇਸ਼ਗਨਾ ਸੀ। ਕਦੀ ਕਿਸੇ ਨੇ ਪੰਡਿਤ ਨੂੰ ਮੱਝ ਵੀ ਦਾਨ ਲੈਂਦੇ ਸੁਣਿਆ?
ਆਖਿਰ ਗਊ ਹੀ ਕਿਉਂ ਦਾਨ 'ਚ ਦਿੱਤੀ ਜਾਂਦੀ ਹੈ। ਮੈਂ ਤਾਂ ਸਮਝਦਾ ਕਿ ਪੰਜਾਬ ਦਾ ਸਾਰਾ ਸਿਆਸੀ ਜਾਂ ਸਮਾਜਿਕ ਮਸਲਾ ਹੀ ਮੱਝ ਕਰਕੇ ਪੈਦਾ ਹੋਇਆ। ਸਾਡੇ ਸਿਆਸੀ ਲੀਡਰ ਅਤੇ ਧਾਰਮਿਕ ਦੇ ਸਮਾਜਿਕ ਆਗੂ ਮੱਝ ਦਾ ਸੰਘਣਾ ਦੁੱਧ ਅਤੇ ਘਿਓ ਖਾਂਦੇ ਹਨ, ਗੱਫੇ ਵੀ ਖੁੱਲ੍ਹੇ ਲੱਗਦੇ ਹਨ। ਇਸ ਪਾਸੇ ਕਿਸੇ ਹੋਰ ਕਮੀ ਨੂੰ ਹੋਰ ਨੂੰ ਕਮੀ ਹੋਏਗੀ, ਇਹਨਾਂ ਲੀਡਰਾਂ ਆਗੂਆਂ ਨੂੰ ਤਾਂ ਕੋਈ ਕਮੀ ਹੈ ਹੀ ਨਹੀਂ। ਇਸ ਖੁਰਾਕ ਨਾਲ ਬੁੱਧੀ ਅਤੇ ਚਰਬੀ ਦੀਆਂ ਤਹਿਆਂ ਜੰਮ ਗਈਆਂ ਹਨ ਅਤੇ ਚਰਬੀ ਵੀ ਮੂਰਖ ਬੁੱਧੀਹੀਣ ਮੋਟੀ ਚਮੜੀ ਵਾਲੇ ਜਾਨਵਰ ਮੱਝ ਦੀ ਆਪਣੇ ਸਮਾਜਿਕ ਆਰਥਿਕ ਅਤੇ ਸਿਆਸੀ ਹਿੱਤਾਂ ਵਾਸਤੇ ਹੀ ਮੱਝ ਵਾਲੀ ਢੀਠਤਾ ਨਾਲ ਇਹ ਆਗੂ ਡਟੇ ਹੋਏ ਹਨ। ਸਮਾਜਿਕ ਹਿੱਤਾਂ ਬਾਰੇ ਸੋਚਣ ਦੇ ਸਮਰੱਥ ਹੀ ਨਹੀਂ ਰਹੇ। ਬਾਹਮਣੀ ਕੇਂਦਰੀ ਰਾਜ ਦੇ ਲੀਡਰ ਮੱਝ ਦੀ ਚਰਬੀ ਤੋਂ ਬਚੇ ਹੋਏ ਹਨ, ਇਸੇ ਕਰਕੇ ਸਾਡੇ ਆਗੂਆਂ ਨੂੰ ਦੁੜਕੀ ਲਾਈ ਫਿਰਦੇ ਨੇ। ਇਸ ਕਰਕੇ ਵੀ ਮੇਰਾ ਯਕੀਨ ਹੈ ਕਿ ਸਮਾਜਿਕ ਅਤੇ ਮਾਨਸਿਕ ਪੱਖ ਤੋਂ ਸਾਡੇ ਵਿਗਿਆਨੀਆਂ ਨੂੰ ਮੱਝ ਦੀ ਥਾਂ ਗਊ ਦੀਆਂ ਉੱਨਤ ਕਿਸਮਾਂ ਪੈਦਾ ਕਰਨ ਅਤੇ ਗੋਕੇ ਦੁੱਧ ਦੇ ਉਤਪਾਦਨ 'ਚ ਵਾਧਾ ਕਰਨ ਵੱਲ ਧਿਆਨ ਦੇਣਾ ਚਾਹੀਦਾ। ਆਰਥਿਕ ਪੱਖ ਤੋਂ ਤਾਂ ਗਊ ਮੱਝ ਨਾਲੋਂ ਕਿਤੇ ਵੱਧ ਲਾਹੇਵੰਦ ਹੈ, ਪਰ ਖੁਰਾਕੀ ਪੱਖ ਵੀ ਗੋਕਾ ਕਿਤੇ ਵਧੀਆ। ਫਿਲੀਪੀਨ ਤੋਂ ਮੈਂ ਹਾਂਗਕਾਂਗ ਪਹੁੰਚਿਆ। ਇੱਥੇ ਮੈਂ 2 ਦਿਨ ਠਹਿਰਿਆ। ਜੋ 4 ਪੈਸੇ ਬਚੇ ਸੀ ਸੋਚਿਆ ਇੱਥੋਂ ਕੁਝ ਚੀਜ਼ਾਂ ਖਰੀਦ ਕੇ ਲੈ ਜਾਵਾਂਗਾ। ਹਾਂਗਕਾਂਗ ਇੱਕ ਖੁੱਲ੍ਹੀ ਮੰਡੀ ਹੈ ਜਿੱਥੇ ਜਹਾਨ ਦੀ ਹਰ ਚੀਜ਼ ਮਿਲਦੀ ਸੀ ਅਤੇ ਅੱਛੀ ਮਿਲਦੀ ਸੀ ਅਤੇ ਸਸਤੀ ਵੀ। ਹੁਣ ਇਹ ਕਾਫੀ ਮਹਿੰਗਾ ਸ਼ਹਿਰ ਹੋ ਗਿਆ। ਅੰਗਰੇਜ਼ਾਂ ਨੇ ਸ਼ਹਿਰ ਅਤੇ ਬਾਜ਼ਾਰ ਨੂੰ ਬੜੀ ਸੁਚੱਜੇ ਢੰਗ ਨਾਲ ਵਿਕਸਿਤ ਕੀਤਾ। ਇੱਥੇ ਮੈਂ ਇੱਕ ਸੁਨਿਆਰ ਦੀ ਦੁਕਾਨ 'ਤੇ ਗਿਆ। ਮੈਂ ਸੋਚਿਆ ਕੁਝ ਸੋਨੇ ਦੇ ਗਹਿਣੇ ਹੀ ਖਰੀਦ ਲਵਾਂ, ਕਿਉਂਕਿ ਸੋਨਾ ਸਿਰਫ 65 ਰੁਪਏ ਤੋਲਾ ਹੀ ਸੀ। ਮੈਂ ਕਦੀ ਮੁੰਦਰੀ, ਕਦੀ ਕੰਨਾਂ ਦੀਆਂ ਵਾਲੀਆਂ ਅਤੇ ਕਦੀ ਗਲੇ ਦਾ ਹਾਰ ਵੇਖਾਂ। ਦੁਕਾਨਦਾਰ ਕਹਿਣ ਲੱਗਾ, ਸਰਦਾਰ ਸਾਹਿਬ ਤੁਸੀਂ ਕੁਝ ਲੈਣਾ ਤਾਂ ਹੈ ਨਹੀਂ, ਕਿਉਂ ਐਵੇਂ ਵਕਤ ਜਾਇਆ ਕਰੀ ਜਾਂਦੇ ਹੋ? ਮੈਂ ਉਹ ਦੁਕਾਨਦਾਰ ਜੋ ਮੂਲ ਤੋਂ ਬੰਬਈ ਦਾ ਰਹਿਣ ਵਾਲਾ ਸੀ ਤੋਂ ਮਾਫ਼ੀ ਮੰਗੀ ਅਤੇ ਅਗਲੀ ਇੱਕ ਚੀਨੀ ਦੀ ਦੁਕਾਨ 'ਚ ਚਲਾ ਗਿਆ। ਉਸ ਦੁਕਾਨਦਾਰ ਨੇ ਮੇਰੀ ਬਹੁਤ ਆਓ ਭਗਤ ਕੀਤੀ। ਜੇ ਮੈਂ ਇੱਕ ਚੀਜ਼ ਕਹਾਂ ਤਾਂ ਉਹ ਕਈ ਵਿਖਾ ਦੇਵੇ। ਮੈਂ ਉਸ ਤੋਂ ਆਪਣੀ ਜੇਬ ਮੁਤਾਬਕ ਕਾਫ਼ੀ ਮਾਲ ਖਰੀਦ ਲਿਆ। ਵਾਪਸ ਆਉਂਦੇ ਉਸ ਹਿੰਦੁਸਤਾਨੀ ਮੂਲ ਦੇ ਦੁਕਾਨਦਾਰ ਨੂੰ ਮੈਂ ਵਿਖਾਇਆ ਕਿ ਮੈਂ ਸਭ ਕੁਝ ਉਸ ਚੀਨੀ ਦੁਕਾਨਦਾਰ ਤੋਂ ਖਰੀਦਿਆ। ਜੋ ਕੁਝ ਵੀ ਮੈਂ ਤੈਥੋਂ ਵੇਖ ਰਿਹਾ ਸੀ ਮੈਂ ਤਾਂ ਸਭ ਕੁਝ ਹੀ ਖਰੀਦਣਾ ਸੀ। ਤੇਰੇ ਜਿਹੇ ਦੁਕਾਨਦਾਰ ਕਦੀ ਕਾਮਯਾਬ ਨਹੀਂ ਹੋ ਸਕਦੇ। ਉਸ ਦੁਕਾਨਦਾਰ ਨੇ ਨਮੋਸ਼ੀ ਤਾਂ ਮੰਨੀ ਪਰ ਮਾਫ਼ੀ ਨਹੀਂ ਮੰਗੀ। ਦੁਕਾਨਦਾਰੀ ਵੀ ਇੱਕ ਹੁਨਰ ਹੈ। ਇਸ ਧੰਦੇ ਦੇ ਵੀ ਆਪਣੇ ਤੌਰ ਤਰੀਕੇ ਅਤੇ ਅਸੂਲ ਹਨ। ਹਰ ਕੋਈ ਸਫਲ ਦੁਕਾਨਦਾਰ ਨਹੀਂ ਬਣ ਸਕਦਾ। ਸਾਡੇ ਦੇਸ਼ 'ਚ ਕਈਆਂ ਹੋਰ ਥਾਵਾਂ 'ਤੇ ਮੈਂ ਵੇਖਿਆ, ਖਾਸ ਕਰਕੇ ਲੈਬਨਾਨ ਵਿੱਚ ਵੀ, ਕਿ ਗਾਹਕ ਜੇ ਇੱਕ ਵਾਰ ਦੁਕਾਨ ਵਿੱਚ ਆ ਵੜੇ ਤਾਂ ਹੰਢਿਆ ਹੋਇਆ ਦੁਕਾਨਦਾਰ ਉਹਨੂੰ ਖਾਲੀ ਹੱਥ ਵਾਪਸ ਨਹੀਂ ਜਾਣ ਦਿੰਦਾ। ਇੱਕ ਪਸੰਦ ਨਹੀਂ ਤਾਂ ਦੂਜੀ ਕੁਆਲਿਟੀ, ਭਾਵੇਂ ਸਾਰੀ ਦੁਕਾਨ ਹੀ ਕਿਉਂ ਨਾ ਫਟਿਆਂ ਦਰਾਜਾਂ ਤੋਂ ਥੱਲੇ ਲਾਉਣੀ ਪੈ ਜਾਏ। ਮੈਨੂੰ ਦੁਕਾਨਦਾਰੀ ਦੀ ਇੱਕ ਮਿਸਾਲ ਯਾਦ ਹੈ ਕਿ ਆਪਣੀ ਪ੍ਰੇਰਨਾ ਸ਼ਕਤੀ ਵਿੱਚ ਦਲੀਲਬਾਜ਼ੀ ਨਾਲ ਇੱਕ ਦੁਕਾਨਦਾਰ ਨੇ ਇਸਕੀਮੋਆਂ ਨੂੰ, ਜੋ ਹਮੇਸ਼ਾ ਬਰਫ਼ ਜੰਮੇ ਇਲਾਕੇ 'ਚ ਰਹਿੰਦੇ ਹਨ, ਫਰਿੱਜ ਵੇਚ ਦਿੱਤੇ ਸਨ। ਬੜੀ ਸ਼ਕਤੀ ਹੁੰਦੀ ਆ ਉਹ ਭਗਤ ਖੁੱਲ੍ਹੇ ਮੱਥੇ ਮੁਸਕਰਾ ਕੇ ਮਿਲਣ 'ਤੇ ਪ੍ਰੇਰਨਾ 'ਚ। ਅੱਛਾ ਦੁਕਾਨਦਾਰ ਗਾਹਕ ਨੂੰ ਆਪਣਾ ਮਾਲਕ ਸਮਝਦਾ ਹੈ। ਇੱਕ ਵਾਰ ਇੱਕ ਕਿਤਾਬਾਂ ਕਾਪੀਆਂ ਵੇਚਣ ਵਾਲੇ ਪਾਸ ਇੱਕ ਕਮਿਸ਼ਨ ਏਜੰਟ ਆ ਗਿਆ। ਉਹ ਬੈਠਾ ਸੀ ਕਿ ਪਰਛੱਤੀ ਉੱਪਰ ਕਾਮਾ ਮੁੰਡਾ ਕਾਪੀਆਂ ਠੀਕ ਕਰਦਾ ਸੀ। ਉਸ ਤੋਂ ਕੁਝ ਕਾਪੀਆਂ ਖਿਸਕ ਕੇ ਉਸ ਏਜੰਟ ਦੇ ਸਿਰ 'ਤੇ ਡਿੱਗ ਪਈਆਂ। ਉਸ ਵਿਚਾਰੇ ਦੇ ਕਾਫ਼ੀ ਸੱਟ ਲੱਗੀ। ਦੁਕਾਨਦਾਰ ਨੇ ਉਸ ਤੋਂ ਮਾਫ਼ੀ ਮੰਗੀ ਅਤੇ ਬਹੁਤ ਗੁੱਸੇ ਨਾਲ ਮੁੰਡੇ ਨੂੰ ਕਹਿਣ ਲੱਗਾ, ਓਏ ਬੇਵਕੂਫ ਦਿਆ ਬੱਚਿਆ, ਜੇ ਕੋਈ ਗਾਹਕ ਹੁੰਦਾ ਇਸ ਗੱਲ ਨੂੰ ਭਾਵੇਂ ਇੱਕ ਮਖੌਲ ਵਿੱਚ ਲਿਆ ਜਾ ਸਕਦਾ ਹੈ, ਪਰ ਇਹ ਹੈ ਗਾਹਕ ਦੀ ਅਸਲੀ ਮਹੱਤਤਾ ਇੱਕ ਪਰਪੱਕ ਦੁਕਾਨਦਾਰ ਲਈ। ਕਈ ਵਾਰ ਬੰਦੇ ਦੇ ਸ਼ੌਕ ਉੱਚੇ ਹੁੰਦੇ ਹਨ ਪਰ ਹੈਸੀਅਤ ਉਨੀ ਚੰਗੀ ਨਹੀਂ ਹੁੰਦੀ। ਜਿਵੇਂ ਕਿਸੇ ਨੇ ਅਲਸੇਸ਼ਨ ਕੁੱਤਾ ਤਾਂ ਪਾਲਿਆ ਹੋਇਆ ਹੋਵੇ ਪਰ ਉਹਨੂੰ ਖੁਰਾਕ ਪੂਰੀ ਨਾ ਦੇ ਸਕਦਾ ਹੋਵੇ। ਇੱਥੇ ਸ਼ੌਕ ਅਤੇ ਮਾਲੀ ਹੈਸੀਅਤ ਦਾ ਟਕਰਾਓ ਸਾਫ਼ ਦਿਖਾਈ ਦੇ ਜਾਂਦਾ ਹੈ। ਇਸੇ ਤਰ੍ਹਾਂ ਮੈਨੂੰ ਆਧੁਨਿਕ ਪਾਰਕਰ ਪੈੱਨ ਦਾ ਸ਼ੌਕ ਸੀ। ਮੈਂ ਸੋਨੇ ਦਾ ਪਾਰਕਰ 81 ਪੈੱਨ ਦਾ ਸੈੱਟ ਖਰੀਦਿਆ ਹਾਂਗਕਾਂਗ ਤੋਂ, ਜੋ ਉਸ ਵਕਤ $60 ਦਾ ਆਇਆ। ਘਰ ਆ ਕੇ ਉਸ ਪੈੱਨ 'ਚ ਮੇਰੀ ਸਿਆਹੀ ਭਰਨ ਦੀ ਹਿੰਮਤ ਹੀ ਨਾ ਹੋਈ। ਮੈਂ ਉਹਨੂੰ ਬਹੁਤ ਹੀ ਸ਼ੌਕ ਨਾਲ ਖਰੀਦੇ ਪੈੱਨ ਨੂੰ ਬੈਂਕ ਦੇ ਲੋਕਰ 'ਚ ਰੱਖ ਦਿੱਤਾ। ਆਖਿਰ ਜਦ ਮੇਰੀ ਲੜਕੀ ਦੀ ਸ਼ਾਦੀ ਹੋਈ ਤਾਂ ਮੈਂ ਪੈੱਨ ਆਪਣੇ ਦਾਮਾਦ ਨੂੰ ਇੱਕ ਤੋਹਫ਼ੇ ਵਜੋਂ ਦੇ ਦਿੱਤਾ। ਮੇਰੇ ਹੱਥ 'ਚ ਪੈੱਨ ਟਿਕਦਾ ਨਹੀਂ, ਹਫ਼ਤੇ ਦੇ ਅੰਦਰ ਅੰਦਰ ਹੀ ਚੰਗੇ ਤੋਂ ਚੰਗਾ ਪੈੱਨ ਵੀ ਮੇਰੇ ਹੱਥੋਂ ਨਿਕਲ ਜਾਂਦਾ ਹੈ। ਜਾਂ ਲਿਖਣ ਦਸਖਤ ਕਰਨ ਨੂੰ ਦਿੱਤਾ ਵਾਪਸ ਨਹੀਂ ਆਉਂਦਾ, ਜਾਂ ਕੋਈ ਦੋਸਤ ਮਿੱਤਰ ਜੀ ਨੂੰ ਚੰਗਾ ਲੱਗਾ ਉਹਨੂੰ ਦੇ ਦਿੱਤਾ। ਮੈਂ ਸਾਰੀ ਉਮਰ ਮਾੜੇ ਮੋਟੇ ਪੈੱਨ ਨਾਲ ਹੀ ਲਿਖਦਾ ਕੰਮ ਚਲਾਉਂਦਾ ਰਿਹਾ। ਮੇਰੇ ਖਿਆਲ
मेरा ख्याल है कि वो पार्कर दा पेन मेरे दामाद ने भी लॉकर च रख्या होया है। इन्ना कीमती पेन जेब नू लाई फिरन दी कोई तुक नहीं बनदी। ये तो बहुत ही अमीर लोगों के चोचले हैं जिन्हां पास अन्नेवा पैसा है। ये लोग जो इन्नी कीमती पेन जेबा नू लाई फिरदे ने आम तौर पर हत्थी लिखण दा काम घट ही करते हैं। मैं होंगकोंग तो बैंकॉक थाईलैंड पुजा। इत्थे भारतीयां दे वीजे उदों भी बड़ी घोख नाल वेखे जांदे सन। तकरीबन 1 घंटा लगा मैनू पासपोर्ट ते कस्टम वालियां तों लंघण लई। इत्थे मेरे दो विद्यार्थी सन श्री पानीच बॉनबोंग ते चुआ सुथीवंत, पर उत्थे खेती यूनिवर्सिटी च अध्यापक लगे हुए सन। इन्हां मेरा एयरपोर्ट ते स्वागत कीता ते मैं एक होटल विच ठहरिया। दो तिना दिनां विच ही मैं बैंकॉक दे इर्द गिर्द दा काफ़ी इलाका वेख्या। इत्थे बरसात काफ़ी होण कारण आम लोग किश्तियां राहीं सड़कां दे कंढियां ते अते छोटे छोटे नालियां राहीं आउंदे जांदे सन। एक स्कूल तो छुट्टी हुई तो बच्चे चार चार पाँच पाँच किश्तियां विच बैठ शरारतां करदे नालियां राहीं घरां नूं जाण लगे। बड़े प्यारे लगदे सन ये गोल मटोल गोरे गोरे मंगोली अखां वाले बच्चे। ये दृश्य मैनूं हालां तक नहीं भुलदा। इत्थे दरियाई मंडी बड़ी अजीब किस्म की है। सब्जियां फल ते होर चीज़ां वस्तुआं ये लोग किश्तियां विच लियांदे हन ते कंडियां नाल किश्तियां ला के वेचदे हन। आम तौर पर किसान औरतां ते लड़कियां अपनी जमीन की उपज वेचदियां हन। होर दुकानदार भी सैर सपाटे तो आए लोगों लई चीज़ां वेचदे हन। इत्थों मैं एक कंध ते लटकाउण वाली दरी वॉल कारपेट खरीदी जो उस मार्केट का नज़ारा ते बैंकॉक का मशहूर सूरज मंदिर सन टैंपल दर्शाउंदी है। 1969 की खरीदी ये वॉल कारपेट हाले भी मेरे ड्राइंग रूम च लगी है। इस उत्ते हालां तक किसी कीड़े जां उल्ली ने असर नहीं किया। माल ऐसा साल विच एक अद्धी वार झाड़ देती है, होर कुछ नहीं। हमेशा साफ सुथरी विखाई देती है। शायद इस लई एक कारपेट इदां दी है कि इत्थों दे व्यापारी ते दुकानदार रातों रात अमीर बनन दी रुचि घट रखते हैं। साढ़े वांगू नहीं कि गाहक आया तो चकमा दे के छिल ला लो तो बाद विच गाहक जाए ठठे खूह च। इस तरह कुछ लोग हेरा फेरी कर झूठ तूफान तोल पैसा तो छेती इकट्ठा कर लेंदे हैं, पर पूरी तजारत सनत ते समुचा देश इस पक्षों बदनाम हो जाता है। इस तरह बाकी सनतकारां ते व्यापारियों का नुकसान हो जाता है ते देश नूं तजारती घाटा पैंदा है। पर साढ़े व्यापारी ते सनतकार इस पासे पूरा ध्यान नहीं दिंदे। हुण आउण वाले समें विच जदों कि व्यापार ते सनत तों सरकारी हत्थ उठ रहा है ते राष्ट्रीय ते अंतरराष्ट्रीय पद्धर ते साढ़े पैर उदारीकरण वल वध रहे हन तां इह जरूरी है कि साढ़े माल की लागत घट होवे, क्वालिटी वधिया होवे ते व्यापार विच समुच्चापन ते साफ गोई आए। नहीं तो यह देश अंतरराष्ट्रीय व्यापार में पछड़ सकता है। थाईलैंड विच मेरे ये दो विद्यार्थी मैनू एक रेस्टोरेंट लै गए। उत्थे असीं रोस्ट किया मुर्गा खाधा ते कॉफी पीती। मैं सिफत करदिआं कहा कि इन्ना अच्छा मुर्गा मैं कदी नहीं खाधा। इंज लगता सी जिवें मुर्गे का मीट ला के इहनूं चंगी तरह मल के बरीक करके दोबारा हड्डियां नाल चिपका के कबाब बनाए होण। मैं पूछे कबाब बनाउण दा कोई वक्खरा तरीका जां मुर्गा ही कोई वक्ख किस्म दा है। वो दोवें शशोपन च पै गए ते जकदे जकदे कहण लगे कि प्रोफेसर साहब ये मुर्गा नहीं। मैं थोड़ा चेतन हो के पूछया कि फिर ये की है। उन्हां आहिस्ता नाल दस्या कि फ्रॉग लैग्स, डड्डू दीआं लत्तां हन। मैं एकदम खांदे ने हाथ विच फड़िया टुकड़ा प्लेट सुट दित्ता। उस वक्त तां मेरा मन बहुत खराब होया ते उन्हां विद्यार्थियों ने मुड़ मुड़ माफ़ी मंगी कि उन्हां नूं पता नहीं सी कि उह मीट नहीं खा सकते। उन्हां वास्ते तां इह दुर्लभ वस्तु सी। बाद विच मैं महसूस किया कि मीट सब तो वधिया सी ते मैनूं स्वाद भी सब तो वध लगा सी। मेरे दिल चावे कि एक बार फिर इहदा स्वाद माणा, पर मेरे च इन्नी हिम्मत जां हौसला ना होया कि मैं कह सकां। उन्हां विद्यार्थियों ने खास ख्याल रख्या कि किते मुड़ उह मीट मेरे सामने ना रख्या जाए। उस वक्त मैनूं याद आया कि पछमी देशां च फ्रॉग लैग क्यों एक डेलीकेसी मन्नी जाती है ते क्यों मेरा एक अमरीकन दोस्त बरसात विच निकले मोटे मोटे पीले डड्डुआं वल वेख के ललचा रहा सी। मैं समझदा कि जिन्ने भी किस्म के मीट मैं खाधे हन उन्हां विचों सब तो उत्तम ते स्वादली किस्म का यह मीट सी। सब तो दिल नूं चाट कर देण वाला मेरे वास्ते केकड़े क्रैब का मीट सी। इस वल तो मैं देख ही नहीं सकिया खाणा तो की सी।
मैं एक चीन विच एक पार्टी ते खांदे वेख्या, केकड़े दी शक्ल वेख ते चीनियां नूं उहदियां लत्तां भन भन खांदे वेख, मैथों तां इक ग्राही भी नहीं किसे चीज़ दी खाधी गई। मैं तबीयत खराब होण दे बहाने सब कुछ छड छड़ा के एक चाह दी प्याली पी के गुजारा किया। वैसे चाइनीज़ खुराक का एक बहुत वधिया असूल है कि जो चीज़ भी पकाई जाए वो दिखण विच, सूंघण विच ते स्वाद विच उही होवे जो चीज़ है। मिसाल वजो जे मच्छी पकाई है तो दिखनी भी मच्छी ही चाहिए है, वो खुशबू मैं कहांगा बदबू भी मच्छी भी होनी चाहिए है, तो स्वाद भी मच्छी का ही होना चाहिए है। साढ़े वांगू नहीं कि मसालिया नाल सारिया चीज़ों का एको जिहा ही स्वाद हो जाए। चाइनीज़ खाने जो मैं चीन च वेखे साढ़े चाइनीज़ खाणिया नालों कितने वक्रे हैं, तो साढ़े ये चीनी पकवान उत्थे कितने नज़र नहीं आए। ये बिल्कुल उस तरह जिवें इटली का पिज़्ज़ा बाहर साढ़े देश जां पछमी देशों विच उका ही बदल जाता है। पिज़्ज़ा इटली की खुराक तो इत्थे ही इत्थों ही बाहर गया है, पर इटली का पिज़्ज़ा सब नालों बेमज़ा होंदा है। यही हाल चीनी पकवाना का है। मैं बैंकॉक तो अपनी दुनिया का पहला दौरा ख़त्म करके हिंदुस्तान परत्या तो मेरे को काफ़ी भार से थां थां का समान इकट्ठा किया होया से। जब मैं दिल्ली एयरपोर्ट पर पुजा तो समान चैक करने तो पहले ही कस्टम इंस्पैक्टर ने पूछा कि काम करते हो, तो मैं क्या कि मैं पंजाब एग्रीकल्चर यूनिवर्सिटी विच प्रोफेसर हाँ। वो सुनते सार ही मेरे समान उत्ते चौक नाल काटे मार दते, तो अपनी जूनियर साथी नूं कहन लगा कि प्रोफेसर साहब नूं जाण दे, इन्हां मुल्कां नूं बहुत कुछ दिता है तो सानू भुखमरी तो बचाया है। ये गल सुन के मेरी अखां भर आईयां भावुकता नाल कि मैं एक ऐसी संस्था का मैंबर हाँ जिहदा साढ़े देश वासियां दे दिलां उत्ते इन्ना माण ते इन्नी कदर है। कई बंदियां नूं किन्ना सलीका हुंदा है ते किवें माण रखदे ने। वैसे जे मैनूं पूरी तरह चैक कर भी लैंदे तां कस्टम ड्यूटी वाला मेरे पास कोई समान नहीं सी। जब मैं इवें ही फटाफट बाहर आ गया तां मैनूं लैण आए मेरे दोस्त पुछण लगे कि कस्टम वालिया चैक नहीं किया। मैं कहा कि पंजाब एग्रीकल्चर यूनिवर्सिटी का इतबार इन्ना है कि कोई चैक ही नहीं करता। वैसे तो पहलों ही मैनू अपनी इस संस्था नाल बहुत उनस प्यार सी, पर इस घटना तो बाद मैं इस यूनिवर्सिटी का दी इज्जत नू अपनी इज्जत नालों भी वध दर्जा दिता। मैं कदी सहार नहीं सकिया कि मेरी इस यूनिवर्सिटी की शान के खिलाफ कोई गल करे। उदों तो मैनू यकीन हो गया कि मैं बहुत बार अध्यापकों के खोज विज्ञानियों के विद्यार्थियों ने यह कहा कि कुछ भी हो जाए अपनी संस्था की कदी निखेधी नहीं करनी चाहिए। जे तुसी ये कहो कि साड़ी संस्था जे यूनिवर्सिटी निकम्मी है जां जीरो है तो ये नहीं भूलना चाहिए कि तुसी भी उस निकम्मी ते जीरो दे ही मैंबर हो। तुसी निजी तौर पर भी इस निकम्मे ते जीरो होने तो बच नहीं सकते। तो जे तुसी अपनी संस्था नू एक नंबर बनाते हो तां जां मानदे हो तो तुसी भी उस तरह एक नंबर के अध्यापक जां विद्यार्थी हो। इस तरह की घटना एक बार बाद विच अमृतसर सरहद पर हुई। मैं उस वक्त तहरान तो आप कार चला के अफगानिस्तान ते पाकिस्तान राही 1978 च आया सी। मेरे नाल मेरी घरवाली ते लड़की सन। जब मैं कस्टम दे दफ्तर अगे कार खड़ी करके अंदर गया तो कस्टम अफसर ने मैनू कुर्सी उत्ते बैठ कुछ देर इंतज़ार करन लई आख्या। उस वक्त वो एक हिप्पी मुंडे की चैकिंग कर रहा सी। मैं क्या कोई गल नहीं तुसी तसली नाल अपना काम नबेड़ लो, मैं तो नज़दीक लुधियाने ही जाना है। वो इन्ना सलीके वाला अफसर सी कि उस मैनू चाह की प्याली भी पिलाई तो मेरी लड़की के घर वाली वास्ते भी 2 कप चाह भेजे। वो इन्नी नीझ ते तसली नाल चैकिंग करता सी कि मैनू महसूस होया कि ये मेरा सारा समान खुलवाएगा तो घंटा खंड तो मेरा जरूर ही लगेगा। आखिर जब वो वेला होया तो मेरा पासपोर्ट फड़ कहन लगा चलो कार खोलो। मैं कार का हुड जब खोलिया तो उन्हें कार का चैसी नंबर आदि पासपोर्ट पर लिख के पासपोर्ट मैं फड़ा दिता, क्या कि तुम जा सकते हो। मैं हैरान होकर पूछा कि बस होर अंदरों समान वगैरह की कोई चैकिंग नहीं करनी? तो कहन लगा प्रोफेसर साहब तुम जाओ, चैकिंग करने वाले होर ही होंगे ने, असी हर बंदे की नब्ज़ पछाणते हैं, तुहानू मिल के बड़ी खुशी हुई। उस हाथ मिलाया तो अंदर चला गया। ये नौजवान हरियाणे का वासी अफसर से, उसकी वर्दी उत्ते ना राठी लिखा से। इस अफसर का प्रभाव मैं अज तक नहीं भुलिया। किवें उस अंदाजा लाया कि मेरी भरी हुई कार विच जो उत्ते भी
तीन सूटकेस नाल लदी हुई है। इस तो कोई टैक्स वाली चीज़ नहीं, वाकई मेरे पास कोई टैक्स वाली चीज़ नहीं सी। इहो जे अफसर देश वास्ते अच्छा नाम पैदा करते हैं कि इस तरह के बेलाग अफसर किन्ने कु ने। इस तो उल्ट दिवी मिसाल दिना, हर कस्टम अफसर देवता नहीं हुंदा ते साफ नीयत दा नहीं हुंदा। मैं इन्नी बार विदेश यात्रा की है कि हुण तक 34 मुल्कां दा दौरा कर चुका ते कई देशों विच बार बार गया, पर असूली तौर पर कभी कस्टम लगन वाली चीज़ लुका के नहीं लियांदी। जे लियांदी है तो साफ दस के लियांदी है। एक बार मैं रोम तो अपनी UNO की नौकरी खत्म करके देश परतिया तो दिल्ली पोर्ट एयरपोर्ट उत्ते कतार विच लगा अपने समान की चेकिंग कराउन। चेकिंग लई खड़ा सी, मेरे अगे दुबई तो आए नौजवान मुंडे सन। कस्टम अफसर खुले तौर पर उन्हां कोलों घड़ियां आदि ते पैसे ले जांदा सी। मैं तुरिया ना गया तो मैं उन्होंने कहा, बाऊ जी ये जो पैसे ते चीज़ां तुसी ले जांदे हो, इन्हां ने 52-54 डिग्री सैलसीयस दी धुप विच कम करके कमाए हैं। ये निरा लहू है जिन्हां इन्हां गरीब कामियां दा, ये तुहानू ते तुहाडे टब्बर नू लै डुबेगा। मैनू मेरी धर्म पत्नी ने पिछे खड़ी ने बथेरा रोकिया, पर मैथों एक जरिया ना गया। उस वेले तो बहू चुप कर गया, पर उन्हें अपने हाथ बिल्कुल नहीं रोके। वो पूरा बेशरम से ढीठ हो चुका सी। उन्हें पैसे थे चीज़ां लुटन तो सिवा कुछ हो नहीं सी सोचता। जब मेरी वारी आई तो ना लगदिया भी मेरे उत्ते उस 2000 की ड्यूटी ला दी। मैं पता सी ये कीमत देनी पैनी सी। मैं पैसे भर दते। मेरे को एक छोटा पिस्तौल सी जिसकी कीमत उन्हें ला के ड्यूटी 16,000 उत्ते ला दी। मैं क्या बाऊ जी थोड़े मेरे उत्ते गुस्से का कारण तो मैं समझदा, तो मैं इस उत्ते इतराज भी नहीं, क्योंकि थोड़े वर्गा हर व्यक्ति थोड़ी जगह खड़ा होवे इवें ही करेगा जिवें तुसी कर रहे हो। पर लोग तो इस तो वधिया वधिया ते कितें वध कीमत दे पिस्तौल रिवॉल्वर ते 3,000 रुपए ड्यूटी दे के चले लै दे के लै जाते हैं। उन्हें कहा कि तुसी इहदी कीमत घट लिखा दिओ। मैं उत्तर दिता, घट किवें लिखा दें, इहदी असली कीमत है। नाले जे मैं इत्थे झूठ बोलां तो तुहानूं मत्तां किवें दे सकदा, ते तुहाडे वर्गियां दे बच्चे आ आप सामने क्लास विच खड़ के किवें कहांगा कि सच बोलो तो बेईमानी ना करो। वह कह लगा कि सच की तो कीमत देनी पैंदी है। उस ठीक किया से। मैं 16,000 टैक्स दे कागज़ लैके बाहर आ गया। एक जुदी गल है कि अज के जब लाइसेंस बना के मुड़ो पिस्तौल छुड़ाउण गया तो मेरा वाह फिर एक साफ तो ईमानदार अफसर नाल पै गया। जब मैं उन्होंने ये सारी विथ्या दसी तो उन्हें कस्टम घटा के 1600 रुपए कर दिता, तो बड़ी इज्जत आबरू नाल तोर दिता। सो इस तरह के इंसान मिलते हैं थानू जिंदगी, चंगे भी तो माड़े भी। चंगियां की गिणती भावें थोड़ी है, पर हाले इना विचार पर हाले इना भ्रिष्टाचार होने के बावजूद बीज नाश नहीं होया ईमानदार इंसानों का। ये नाल ही जे थोड़ा अपना अंदरला मजबूत होवे ते साफ होवे तो दूजी बेईमानी ते भ्रिष्टाचार दी लालसा भी मद्दम पै जाएगी। धन्यवाद।